हाँ जी ਤਾਂ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਪੰਜਾਬ ਕਲਾਸ ਜਲਾਲਾਬਾਦ ਦੇ ਉੱਪਰ। ਮੇਰੇ ਪਿਆਰੇ ਵਿਦਿਆਰਥੀਓ, ਅੱਜ ਆਪਾਂ ਦੂਜੇ ਦਿਨ ਜੁੜ ਜਾ ਰਹੇ ਹਾਂ, ਪਰ ਆ ਸੀਡੀਪੀ ਦਾ ਟੌਪਿਕ ਜਿਹੜਾ ਹੈਗਾ ਉਹ ਤੀਜਾ ਚੌਥਾ ਪੰਜਵਾਂ ਹੋਊਗਾ, ਕਿਉਂਕਿ ਮੈਂ ਅੱਜ ਜਿਹੜੀ ਕਲਾਸ ਪੜ੍ਹਾਉਣੀ ਆ ਅੱਜ ਦੀ ਕਲਾਸ ਦੇ ਵਿੱਚ, ਤਾਂ ਅੱਜ ਮੇਰੇ ਪਿਆਰੇ ਬੱਚਿਓ ਕਲਾਸ ਜਿਹੜੀ ਹੈਗੀ ਆ ਉਹ ਹੈਗੀ ਆ ਹੈਰੀਡਿਟੀ ਐਂਡ ਇਨਵਾਇਰਮੈਂਟ। ਪੰਜਾਬੀ ਦੇ ਵਿੱਚ ਮੈਂ ਗੱਲ ਕਰਾਂ ਵੰਸ਼ ਅਤੇ ਵਾਤਾਵਰਣ, ਤਾਂ ਇਹ ਅੱਗੇ ਤੋਂ ਆਪਣੀ ਰੂਟੀਨ ਵਾਈਜ਼ ਕਲਾਸ ਆ ਜਿਹੜੀ ਉਹ 7:30 ਵਜੇ ਰਹਿਆ ਕਰੂਗੀ। ਇਹ ਵੀ ਕਲਾਸ ਅੱਜ ਮੈਂ ਸਟਾਰਟ ਕਰਨ ਜਾ ਰਿਹਾ, ਤੇ ਹੈਰੀਡਿਟੀ ਦੇ ਇਨਵਾਇਰਮੈਂਟ ਮੈਂ ਥਿਊਰੀ ਪਲੱਸ ਐਮਸੀਕਿਊਜ਼ ਕਰਾਉਂਗਾ, ਕਿਉਂਕਿ ਮੈਂ ਜਿਹੜਾ ਇੱਕ ਨਵਾਂ ਕਨਸੈਪਟ ਤੁਹਾਡੇ ਵਾਸਤੇ ਲੈ ਕੇ ਆਇਆ। ਪਹਿਲਾਂ ਮੈਂ ਥਿਊਰੀ ਪੜ੍ਹਾਉਣਾ, ਫਿਰ ਜਿੰਨੇ ਪੀ ਟੈਟ ਸੀ ਟੈਟ ਐਚ ਟੈਟ ਤੇ ਆਏ ਹੋਏ ਸਵਾਲ ਲੈ ਕੇ ਆਉਣਾ ਹੁੰਦਾ, ਨਾਲ ਹੋਰ ਐਮਸੀਕਿਊਜ਼ ਲੈ ਕੇ ਆਉਣਾ ਹੁੰਦਾ ਤੁਹਾਡੇ ਵਾਸਤੇ। ਤਾਂ ਇਸ ਤੋਂ ਪਹਿਲਾਂ ਮੈਂ ਜਿਹੜੀਆਂ ਕਲਾਸਾਂ ਪੜ੍ਹਾ ਚੁੱਕਿਆ, ਮੈਂ ਇਸ ਤੋਂ ਪਹਿਲਾਂ ਇੱਕੋ ਵੱਡੀ ਕਲਾਸ ਬਣਾਈ ਸੀ 3 ਘੰਟੇ ਦੀ, ਜਿਹਦੇ ਵਿੱਚ ਮੈਂ ਤੁਹਾਨੂੰ ਮਨੋਵਿਗਿਆਨ ਦਾ ਇਤਿਹਾਸ ਪੜ੍ਹਾ ਚੁੱਕਿਆ, ਉਸ ਤੋਂ ਬਾਅਦ ਸਕੂਲ ਪੜ੍ਹਾ ਚੁੱਕਿਆ ਸਾਈਕੋਲੋਜੀ ਦੇ, ਉਸ ਤੋਂ ਬਾਅਦ ਮੈਂ ਗਰੋਥ ਐਂਡ ਡਿਵੈਲਪਮੈਂਟ ਦਾ ਮੀਨਿੰਗ ਪੜ੍ਹਾ ਚੁੱਕਿਆ, ਗਰੋਥ ਤੇ ਡਿਵੈਲਪਮੈਂਟ ਦੇ ਵਿੱਚ ਫਰਕ ਕੀ ਹੁੰਦੇ ਨੇ ਉਹ ਪੜ੍ਹਾ ਚੁੱਕਿਆ, ਨਾਲ ਹੀ ਮੈਂ ਡਿਵੈਲਪਮੈਂਟ ਦੀ ਟਾਈਪਸ ਜਿਹੜੇ ਨੇ ਉਹ ਪੜ੍ਹਾ ਚੁੱਕਿਆ, ਡਿਵੈਲਪਮੈਂਟਸ ਤੋਂ ਬਾਅਦ ਮੈਂ ਗੱਲ ਕਰਾਂ ਦੇ ਪ੍ਰਿੰਸੀਪਲ ਪੜ੍ਹਾ ਚੁੱਕਿਆ, ਸਟੇਜਸ ਪੜ੍ਹਾ ਚੁੱਕਿਆ, ਸਾਰੀਆਂ ਸਟੇਜਸ, ਇਨਫੈਂਸੀ ਪੀਰੀਅਡ ਜਿਹੜਾ ਸੀ, ਉਸ ਤੋਂ ਬਾਅਦ ਲੇਟਰ ਚਾਈਲਡਹੁੱਡ ਪੀਰੀਅਡ ਸੀ, ਸਾਰਾ ਕੁਝ ਜਿਹੜਾ ਤੁਹਾਨੂੰ ਮੈਂ ਕਵਰ ਕਰਾ ਚੁੱਕਿਆ। ਅੱਜ ਪ੍ਰਿੰਸੀਪਲ ਤੋਂ ਅਗਲੀ ਕਲਾਸ ਦੇ ਵਿੱਚ ਜੁੜਿਆ, ਅੱਜ ਮੈਂ ਹੈਰੀਡਿਟੀ ਇਨਵਾਇਰਮੈਂਟ ਪੜ੍ਹਾਊਂਗਾ, ਇਸ ਤੋਂ ਬਾਅਦ ਮੈਂ ਸੋਸ਼ਲਾਈਜੇਸ਼ਨ ਪੜ੍ਹਾਊਂਗਾ, ਫਿਰ ਮੈਂ ਚਾਈਲਡ ਸੈਂਟ੍ਰਿਕ ਪੜ੍ਹਾਊਂਗਾ, ਫਿਰ ਉਸ ਤੋਂ ਬਾਅਦ ਮੈਂ ਥਿਊਰੀਆਂ ਸਟਾਰਟ ਕਰ ਦੂੰ ਜਿਹਦੇ 'ਚ ਜੀਨ ਪਿਆਜੇ, ਵੈਗੋਸਕੀ, ਕੋਲਬਰਗ, ਬਲੂਨਰ ਸਾਰੇ ਚੜਾ ਦੂੰਗਾ, ਫਿਰ ਇੰਟੈਲੀਜੈਂਸ ਵਾਲਾ ਚੈਪਟਰ ਅਸੀਂ ਸਟਾਰਟ ਕਰ ਦਾਂਗੇ। ਇਸੇ ਤਰ੍ਹਾਂ ਸਟੈਪ ਬਾਈ ਸਟੈਪ ਅਸੀਂ ਚੱਲਦੇ ਜਾਵਾਂਗੇ। ਔਰ ਇੱਕ ਚੀਜ਼ ਧਿਆਨ ਦੇ ਵਿੱਚ ਰੱਖਿਓ ਕਿ ਪੂਰੇ ਪੰਜਾਬ ਦੇ ਵਿੱਚ ਇੰਨੀ ਸਿੰਪਲੀਫਾਈ ਕਰਕੇ ਪੰਜਾਬੀ ਮੀਡੀਅਮ ਦੇ ਵਿੱਚ ਨਾਲ ਨਾਲ ਅੰਗਰੇਜ਼ੀ ਮੀਡੀਅਮ ਦੇ ਵਿੱਚ ਜਿਹੜੀ ਸੀਡੀਪੀ ਆ ਤੁਹਾਨੂੰ ਪੜ੍ਹਾਈ ਜਾ ਰਹੀ ਹੈ। ਤਾਂ ਚਲੋ ਮੈਂ ਬਿਨਾਂ ਕਿਸੇ ਡੇਰੀ ਤੋਂ ਕਲਾਸ ਨੂੰ ਸਟਾਰਟ ਕਰਦਾ, ਤਾਂ ਡੇਲੀ 7:30 ਵਜੇ ਆ ਕੇ ਕਲਾਸ ਜੁਆਇਨ ਕਰਿਆ ਕਰੋ, ਵੱਧ ਤੋਂ ਵੱਧ ਵਿਦਿਆਰਥੀ ਸਾਡੇ ਨਾਲ ਜੁੜਨ, ਤਾਂ ਜਦੋਂ ਵੱਧ ਤੋਂ ਵੱਧ ਵਿਦਿਆਰਥੀ ਜੁੜਨਗੇ ਤਾਂ ਅਸੀਂ ਹੋਰ ਚੰਗੇ ਚੰਗੀਆਂ ਜਿਹੜੀਆਂ ਕਲਾਸਾਂ ਉਹ ਇਸ ਲੈ ਕੇ ਆਵਾਂਗੇ। ਤਾਂ ਇਸ ਤੋਂ ਬਾਅਦ ਦੋ ਚੀਜ਼ਾਂ ਨੇ ਜਿਹੜੀਆਂ ਮੈਂ ਇੱਥੇ ਦੱਸ ਦਿੰਦਾ ਕਿ ਹੈਰੀਡਿਟੀ ਤੇ ਇਨਵਾਇਰਮੈਂਟ ਦਾ ਮੀਨਿੰਗ ਕਿ ਮਨੁੱਖ ਦੇ ਵਿਕਾਸ ਦੇ ਉੱਤੇ ਇਫੈਕਟ ਪਾਉਂਦੇ ਨੇ, ਕਿਉਂਕਿ ਅਸੀਂ ਪੜ੍ਹ ਕਿਹੜਾ ਚੈਪਟਰ ਹੈ, ਡਿਵੈਲਪਮੈਂਟ ਵਾਲਾ ਪੜ੍ਹ ਰਹੇ, ਵਿਕਾਸ ਪੜ੍ਹ ਰਹੇ। ਤਾਂ ਜਦੋਂ ਆਪਾਂ ਵਿਕਾਸ ਦੇ ਪ੍ਰਿੰਸੀਪਲ ਪੜ੍ਹੇ ਸੀ, ਵਿਕਾਸ ਦੀਆਂ ਸਟੇਜਸ ਪੜ੍ਹੀਆਂ ਸੀ, ਵਿਕਾਸ ਦੇ ਪ੍ਰਕਾਰ ਪੜ੍ਹੇ ਸੀ, ਹੁਣ ਪੜ੍ਹਨਾ ਸੀ ਵਿਕਾਸ ਉੱਤੇ ਪ੍ਰਭਾਵਿਤ ਪਾਉਣ ਵਾਲੀਆਂ ਚੀਜ਼ਾਂ ਕਿ ਵਿਕਾਸ ਨੂੰ ਪ੍ਰਭਾਵਿਤ ਕੌਣ ਕਰਦੀਆਂ ਨੇ। ਤਾਂ ਇਹਦੇ ਵਿੱਚ ਇੱਕ ਛੋਟੀ ਜਿਹੀ ਸਲਾਈਡ ਲੈ ਕੇ ਮੈਂ ਇੱਕ ਵਾਰ ਚੀਜ਼ ਨੂੰ ਸਮਝਾਉਂਗਾ ਹੀ, ਉਹ ਮੇਰੇ ਵਿਦਿਆਰਥੀਓ ਇਹ ਚੀਜ਼ ਸਮਝਾਉਂਗਾ ਕਿ ਦੋ ਚੀਜ਼ਾਂ ਖਿਆਲ ਵਿੱਚ ਰੱਖਣੀਆਂ ਤੁਸੀਂ। ਮੰਨ ਕੇ ਚੱਲੋ ਮੈਂ ਤਾਂ ਇੱਕ ਆਹ ਲਿਖ ਦਿੰਦਾ ਹੈਰੀਡਿਟੀ, ਠੀਕ ਹੈ ਜੀ, ਤੇ ਇੱਕ ਮੇਰੇ ਪਿਆਰੇ ਵਿਦਿਆਰਥੀਓ ਇੱਕ ਚੀਜ਼ ਹੋ ਜਾਂਦੀ ਇਨਵਾਇਰਮੈਂਟ। ਇਹਦੀ ਦੋ ਚੀਜ਼ਾਂ ਐਸੀਆਂ ਨੇ, ਹੈਰੀਡਿਟੀ ਤੇ ਇਨਵਾਇਰਮੈਂਟ, ਜਿਹੜੀਆਂ ਕੀ ਆ ਮਨੁੱਖ ਦੇ ਵਿਕਾਸ ਦੇ ਵਿੱਚ, ਕਿਤੇ ਮਨੁੱਖ ਦੇ ਵਿਕਾਸ ਦੇ ਵਿੱਚ ਜਾਂ ਕੋਈ ਬੱਚੇ ਦੇ ਵਿਕਾਸ ਦੇ ਵਿੱਚ ਇਹ ਪ੍ਰਭਾਵਿਤ ਕਰਦੀਆਂ, ਉਹਦੇ ਵਿਕਾਸ ਨੂੰ ਪ੍ਰਭਾਵਿਤ ਕਰਦੀਆਂ। ਉਹ ਕਿਵੇਂ ਕਰਦੀਆਂ ਨੇ ਕਿ ਹੈਰੀਡਿਟੀ ਦਾ ਮੀਨਿੰਗ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਸਾਨੂੰ ਸਾਡੇ ਮਾਤਾ ਪਿਤਾ ਤੋਂ ਮਿਲੀ, ਮੰਨ ਕੇ ਚਲੋ ਹੈਰੀਡਿਟੀ ਦਾ ਮੀਨਿੰਗ ਕੀ ਆ, ਜਿਹੜੀ ਚੀਜ਼ ਸਾਡੇ ਮਾਤਾ ਪਿਤਾ ਤੋਂ ਮਿਲੀ, ਮੰਨ ਕੇ ਚਲੋ ਜਿਵੇਂ ਅਸੀਂ ਗੱਲ ਕਰੀਏ, ਸਾਡਾ ਮਾਤਾ ਪਿਤਾ ਤੋਂ ਹੀ ਕੋਈ ਵੀ ਚੀਜ਼ ਆ ਜਿਹੜੀ ਉਹ ਪੈਦਾ ਹੁੰਦੀ ਹੈ ਇੱਕ ਜੋੜੇ ਨੂੰ, ਮੈਂ ਅੱਗੇ ਜਾ ਕੇ ਉਹਦੇ 'ਤੇ ਵੀ ਚਰਚਾ ਕਰੂੰਗਾ। ਜੋ ਚੀਜ਼ ਸਾਡੇ ਮਾਤਾ ਪਿਤਾ ਮਿਲੀ, ਸਾਡਾ ਕੱਦ, ਸਰੀਰ ਦਾ ਕੱਦ ਆ ਜਿਹੜਾ, ਸਾਡਾ ਰੰਗ ਪੱਕਾ ਹੈ ਜਾਂ ਗੋਰਾ ਹੈ, ਠੀਕ ਹੈ ਜੀ, ਉਸ ਤੋਂ ਬਾਅਦ ਸਾਡੀਆਂ ਅੱਖਾਂ ਦਾ ਰੰਗ, ਸਾਡੇ ਵਾਲਾਂ ਦਾ ਸਟਾਈਲ, ਜੋ ਕੁਝ ਸਾਡੇ ਮਾਤਾ ਪਿਤਾ ਤੋਂ ਅਸੀਂ ਗ੍ਰਹਿ ਕੀਤਾ ਉਹਨੂੰ ਅਸੀਂ ਹੈਰੀਡਿਟੀ ਕਹਿੰਦੇ ਹਾਂ। ਤੇ ਇੱਕ ਬੱਚੇ ਦੇ ਵਿਕਾਸ ਦੇ ਵਿੱਚ ਉਹਦੀ ਹੈਰੀਡਿਟੀ ਦਾ ਬਹੁਤ ਵੱਡਾ ਅਸਰ ਹੁੰਦਾ ਹੈ, ਉਹਦੇ ਮਾਂ ਪਿਓ ਦੇ ਜਿਹੜੇ ਅਸੀਂ ਗੱਲ ਕਰੀਏ ਇਫੈਕਟ ਦਾ ਬਹੁਤ ਵੱਡਾ ਅਸਰ ਹੁੰਦਾ। ਦੂਜੀ ਚੀਜ਼ ਮੇਰੇ ਪਿਆਰੇ ਵਿੱਚ ਜਿਹੜੀ ਹੁੰਦੀ ਆ ਉਹ ਹੁੰਦੀ ਆ ਇਨਵਾਇਰਮੈਂਟ ਦਾ ਮੀਨਿੰਗ, ਪੰਜਾਬੀ ਦੇ ਵਿੱਚ ਤਾਂ ਤੁਸੀਂ ਸਾਰੇ ਜਾਣਦੇ ਹੋ ਵਾਤਾਵਰਣ ਹੁੰਦਾ ਹੈ, ਦੂਜਾ ਅਸਰ ਪੈਂਦਾ ਵਾਤਾਵਰਣ ਦਾ। ਮੰਨ ਕੇ ਚਲੋ ਇੱਕ ਬੱਚਾ ਪੈਦਾ ਹੋਇਆ, ਉਹਨੂੰ ਇੱਕ ਵਾਤਾਵਰਣ ਦੇ ਨਾਲ ਕੰਡੀਸ਼ਨਿੰਗ ਕਰਕੇ ਜਾਂ ਇੱਕ ਵਾਤਾਵਰਣ ਦੇ ਕੇ ਉਹਦਾ ਵਿਕਾਸ ਆ ਜਿਹੜਾ ਉਹ ਕੀਤਾ ਜਾਂਦਾ। ਮੰਨ ਲਓ ਮੈਂ ਇੱਕ ਉਦਾਹਰਣ ਦਿੰਦਾ ਕਿ ਇੱਕ ਚੀਜ਼ ਆ ਕਿ ਇੱਕ ਹੈਰੀਡਿਟੀ ਆ, ਇੱਕ ਮਾਂ ਪਿਓ ਬਹੁਤ ਇੰਟੈਲੀਜੈਂਟ ਆ, ਬੜਾ ਇੰਟੈਲੀਜੈਂਟ, ਪਰ ਅੱਗੋਂ ਕੀ ਹੋਇਆ ਕਿ ਇੰਟੈਲੀਜੈਂਟ ਹੈਗਾ ਸੀ, ਤਾਂ ਇੰਟੈਲੀਜੈਂਟ ਹੋਣ ਤੋਂ ਬਾਅਦ ਉਹਨੂੰ ਇਨਵਾਇਰਮੈਂਟ ਉਸਾ ਨਾ ਮਿਲਿਆ, ਮੰਨ ਕੇ ਚੱਲ ਉਹਨੂੰ ਕਿਸੇ ਸਕੂਲ 'ਚ ਨਹੀਂ ਭੇਜਿਆ, ਉਹਨੂੰ ਚੰਗੀ ਡਾਇਟ ਨਹੀਂ ਮਿਲੀ, ਚੰਗੀ ਗਾਈਡਨੈਂਸ ਨਹੀਂ ਮਿਲੀ, ਤਾਂ ਕੀ ਉਹ ਇੰਟੈਲੀਜੈਂਟ ਰਹੂਗਾ? ਨਹੀਂ ਰਹੂਗਾ।
ਇਸੇ ਕਰਕੇ ਦੋਵੇਂ ਚੀਜ਼ਾਂ ਹੁਣ ਕਈ ਮਾਤਾ ਪਿਤਾ ਕੁਪੋਸ਼ਣ ਦੇ ਸ਼ਿਕਾਰ ਹੁੰਦੇ ਆ, ਮੈਂਟਲੀ ਹੈਲਥ ਉਹਨਾਂ ਦੀ ਠੀਕ ਨਹੀਂ ਹੁੰਦੀ, ਕਈ ਬੱਚੇ ਵੀ ਉਹਨਾਂ ਦੇ ਉਸ ਤਰੀਕੇ ਨਾਲ ਹੋ ਜਾਂਦੇ, ਸਿੱਧੜ ਜੇ ਕਵਲੇ ਜੇ ਹੋ ਜਾਂਦੇ, ਕਈ ਮਾਤਾ ਪਿਤਾ ਦਾ ਕੱਦ ਆ ਜਿਵੇਂ ਜਿਸ ਤਰੀਕੇ ਨਾਲ ਉਹਨਾਂ ਦਾ ਕੱਦ ਹੁੰਦਾ ਉਹਨਾਂ ਦੇ ਬੱਚਿਆਂ ਦਾ ਕੱਦ ਵੀ ਉਵੇਂ ਦਾ ਹੋ ਜਾਂਦਾ। ਤਾਂ ਇਸੇ ਕਰਕੇ ਇਹ ਦੋਵਾਂ ਚੀਜ਼ਾਂ ਦਾ, ਹੈਰੀਡਿਟੀ ਤੇ ਇਨਵਾਇਰਮੈਂਟ ਦਾ, ਬੱਚੇ ਦੇ ਵਿਕਾਸ ਉੱਤੇ ਬਹੁਤ ਵੱਡਾ ਅਸਰ ਰਹਿੰਦਾ। ਤਾਂ ਇਸੇ ਕਰਕੇ ਇਸ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਇੱਕ ਤਾਂ ਪਹਿਲਾਂ ਹੈਰੀਡਿਟੀ ਤੇ ਇਨਵਾਇਰਮੈਂਟ ਬਾਰੇ ਸਮਝਾਊਂਗਾ, ਉਸ ਤੋਂ ਬਾਅਦ ਫਿਰ ਮੈਂ ਹੈਰੀਡਿਟੀ ਦੇ ਇਨਵਾਇਰਮੈਂਟ ਸਮਝਾਉਣ ਤੋਂ ਬਾਅਦ ਮੈਂ ਹੈਰੀਡਿਟੀ ਦੇ ਸਿਧਾਂਤ ਸਮਝਾਊਂਗਾ ਤੁਹਾਡੇ ਲਈ। ਤੁਹਾਨੂੰ ਹੈਰੀਡਿਟੀ ਦੇ ਕੀ ਸਮਝਾਊਂਗਾ, ਸਿਧਾਂਤ ਸਮਝਾਊਂ, ਪ੍ਰਿੰਸੀਪਲ ਸਮਝਾਊਂ ਇਹਦੇ, ਕਿ ਇਹਦੇ ਸਿਧਾਂਤ ਕਿਹੜੇ ਕਿਹੜੇ ਨੇ ਇਸ ਚੈਪਟਰ ਦੇ ਵਿੱਚ। ਸਿਧਾਂਤ ਸਮਝਾਉਣ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਮੈਂ ਸਿੱਖਿਆ ਦੇ ਵਿੱਚ, ਸਿੱਖਿਆ ਦੇ ਵਿੱਚ ਇਸ ਚੀਜ਼ ਨੂੰ, ਸਿੱਖਿਆ ਦੇ ਵਿੱਚ ਅਸੀਂ ਗੱਲ ਕਰੀ ਤਾਂ ਐਜੂਕੇਸ਼ਨ ਵਿੱਚ ਕੀ ਕਰਾਂਗਾ, ਕਿਵੇਂ ਅਪਲਾਈ ਕਰਨਾ ਹੈ, ਐਜੂਕੇਸ਼ਨ ਵਿੱਚ ਕਿਵੇਂ ਉਤਾਰਨਾ, ਅਸੀਂ ਕਿਹਨੂੰ ਅਪਲਾਈ ਕਰਨਾ ਮੇਰੇ ਪੈਰੇ ਵਿੱਚ, ਉਹ ਹੈਰੀਡਿਟੀ ਪਲੱਸ ਇਨਵਾਇਰਮੈਂਟ ਨੂੰ ਕਿਵੇਂ ਅਪਲਾਈ ਕਰਨਾ, ਇਹ ਚੀਜ਼ ਦੱਸੂਗਾ। ਅਧਿਆਪਕ ਦਾ ਇਹਦੇ ਵਿੱਚ ਕੀ ਰੋਲ ਆ, ਲਾਸਟ ਵਿੱਚ ਫਿਰ ਮੈਂ ਤੁਹਾਡੇ ਵਾਸਤੇ ਮੇਰੇ ਪੈਰੇ ਵਿੱਚ ਇਸੇ ਕਲਾਸ ਦੇ ਵਿੱਚ ਕੀ ਲੈ ਕੇ ਆਊਂਗਾ, PYQ ਲੈ ਕੇ। ਹੁਣ ਸਭ ਤੋਂ ਪਹਿਲਾਂ ਅਸੀਂ ਹੈਰੀਡਿਟੀ ਨੂੰ ਸਮਝਦੇ ਹਾਂ, ਹੈਰੀਡਿਟੀ ਤੋਂ ਬਾਅਦ ਮੈਂ ਤੁਹਾਨੂੰ ਇਨਵਾਇਰਮੈਂਟ ਆ ਜਿਹੜਾ ਉਹ ਸਮਝਾਊਂਗਾ। ਤਾਂ ਹੈਰੀਡਿਟੀ ਬਾਰੇ ਜਿਹੜੀ ਦੋ ਤਿੰਨ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣੀਆਂ, ਹੈਰੀਡਿਟੀ ਦਾ ਪੰਜਾਬੀ ਖਾਨਦਾਨੀ ਵੀ ਆਉਂਦੀ ਆ, ਤੇ ਕਈ ਵਾਰੀ ਤੁਹਾਡੇ ਪੇਪਰ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਉਹ ਵੰਸ਼ ਵੀ ਆ ਜਾਂਦੀ ਆ, ਕਈ ਵਾਰੀ ਤੁਸੀਂ ਇਹ ਦੋਵੇਂ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ, ਵੰਸ਼ ਵੀ ਇਹਦਾ ਆ ਜਾਂਦਾ ਹੈਰੀਡਿਟੀ। ਹੁਣ ਖਾਨਦਾਨੀ ਮਨੁੱਖ ਕੀ ਆ, ਮੰਨ ਕੇ ਚੱਲੋ ਮਨੁੱਖ ਜਿਹੜੀ ਹੈਰੀਡਿਟੀ ਨਾ, ਮਨੁੱਖ ਦੇ ਡਿਵੈਲਪਮੈਂਟ ਦੇ ਉੱਤੇ ਬਹੁਤ ਵੱਡਾ ਇਫੈਕਟ ਪਾਉਂਦੀ ਆ। ਉਹ ਕੀ ਕਹਿੰਦੀ ਆ ਕਿ ਜਿਹੜੀ ਹੈਰੀਡਿਟੀ ਪ੍ਰੋਵਾਈਡ ਕਰਦੀ ਹੈ ਤਾਂ ਬੇਸਿਕ ਆਫ ਦਾ ਡਿਵੈਲਪਮੈਂਟ ਹਿਊਮਨ ਪਰਸਨੈਲਿਟੀ, ਮਨੁੱਖ ਦੀ ਪਰਸਨੈਲਿਟੀ ਦੇ ਉੱਤੇ ਹੈਰੀਡਿਟੀ ਬਹੁਤ ਵੱਡਾ ਅਸਰ ਕਰਦੀ ਹੈ। ਤੇ ਖਾਨਦਾਨੀ ਉਹ ਚੀਜ਼ ਹੈ ਜਿਸ ਨਾਲ ਵਿਅਕਤੀ ਪੈਦਾ ਹੁੰਦਾ। ਤਾਂ ਇਸੇ ਕਰਕੇ ਅਸੀਂ ਸਾਡੇ ਮਾਤਾ ਪਿਤਾ ਦੇ ਮੇਲ ਦੇ ਨਾਲ ਹੀ ਪੈਦਾ ਹੁੰਦੇ। ਉਹ ਅੱਗੇ ਜਾ ਕੇ ਮੈਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਮਝਾਉਣਾ, ਮੈਂ ਪ੍ਰਿੰਸੀਪਲ ਸਮਝਾਉਣਾ, ਹੈਰੀਡਿਟੀ ਦਾ ਬਾਇਓਲੋਜੀਕਲ ਕਨਸੈਪਟ ਵੀ ਜਾ ਕੇ ਸਮਝਾਉਣਾ, ਪਹਿਲਾਂ ਥੋੜ੍ਹਾ ਜਿਹਾ ਥਰੈਟੀਕਲ ਕਨਸੈਪਟ ਸਮਝੋ। ਉਹ ਸਾਰੇ ਕੁਝ ਜੋ ਬੱਚੇ ਦੇ ਮਾਤਾ ਪਿਤਾ ਤੋਂ ਵਿਰਸੇ ਵਿੱਚ ਮਿਲੇ ਹਨ ਉਹਨੂੰ ਅਸੀਂ ਖਾਨਦਾਨੀ ਕਹਿੰਦੇ ਹਾਂ। ਉਹ ਸਾਰੇ ਗੁਣ, ਮੰਨ ਕੇ ਚਲੋ ਮੇਰੇ ਕੋਈ ਵੀ ਗੁਣ ਨੇ, ਮੇਰਾ ਭਾਵੇਂ ਗੁਣ ਫਿਜੀਕਲ ਹੋਵੇ, ਭਾਵੇਂ ਦਾ ਅਟਰਨਲ ਗੁਣ ਹੋਵੇ, ਮੰਨ ਕੇ ਚਲੋ ਮੇਰੇ ਵਾਲਾਂ ਦਾ ਸਟਾਈਲ, ਮੇਰੀਆਂ ਅੱਖਾਂ ਦਾ ਸਟਾਈਲ, ਮੇਰੇ ਬੋਲਣ ਦਾ ਸਟਾਈਲ, ਮੇਰੇ ਖੜਨ ਦਾ ਸਟਾਈਲ, ਮੇਰੇ ਸਰੀਰ ਕੱਦ ਕਾਠ, ਜਿਹੜੀ ਚੀਜ਼ ਮੇਰੇ ਮਾਂ ਪਿਓ ਤੋਂ ਮਿਲੀ, ਤੇ ਨਾਲ ਹੀ ਨਾਲ ਮੇਰੀ ਅਟਰਨਲ, ਮੰਨ ਕੇ ਚਲੋ ਮੇਰਾ ਸੁਭਾਅ ਹੋ ਗਿਆ, ਮੇਰੀ ਇੰਟੈਲੀਜੈਂਸੀ ਹੋ ਗਈ, ਜੋ ਮੇਰੇ ਮਾਤਾ ਪਿਤਾ ਤੋਂ ਮਿਲੀ, ਜਿਹਦਾ ਅਸਰ ਮੇਰੇ ਤੇ ਦਿਸਿਆ, ਉਹਨੂੰ ਅਸੀਂ ਕੀ ਕਹਾਂਗੇ, ਹੈਰੀਡਿਟੀ। ਹੁਣ ਹੈਰੀਡਿਟੀ ਕਿਵੇਂ ਆਉਂਦੀ, ਕਿਵੇਂ ਆ ਮਨੁੱਖ ਦੇ ਵਿੱਚ, ਇਹ ਵਿਕਾਸ ਕਿਵੇਂ ਕਰਦੀ ਆ, ਤਾਂ ਇੱਕ ਬਾਇਓਲੋਜੀਕਲ ਕਨਸੈਪਟ ਹੁੰਦਾ ਹੈ ਜਿਹੜਾ ਮੈਂ ਤੁਹਾਨੂੰ ਇਹਦੇ ਵਿੱਚ ਸਮਝਾਊਂਗਾ। ਸਭ ਤੋਂ ਪਹਿਲੀ ਗੱਲ ਇੱਥੇ ਸਲਾਈਡ ਲੈ ਕੇ ਸਮਝਾ ਦੂੰਗਾ। ਸਲਾਈਡ ਲੈ ਕੇ ਇਹ ਚੀਜ਼ ਕੀ ਆ ਕਿ ਤੁਹਾਨੂੰ ਪਤਾ ਕੋਈ ਵੀ ਬੱਚਾ ਹੈ ਉਹ ਮੇਲ ਤੇ ਫੀਮੇਲ ਦੀ ਰਿਐਕਸ਼ਨ ਦੇ ਨਾਲ ਹੀ ਪੈਦਾ ਹੁੰਦਾ। ਮੰਨ ਕੇ ਚਲੋ ਇੱਕ ਔਰਤ ਤੇ ਮਰਦ ਦੇ ਵਿੱਚ ਰਿਲੇਸ਼ਨਸ਼ਿਪ ਤੋਂ ਹੀ ਇੱਕ ਬੱਚਾ ਪੈਦਾ ਹੁੰਦਾ। ਤਾਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਮੈਂ ਇਹਦੇ ਵਿੱਚ ਤੁਹਾਨੂੰ ਜਿਹੜੀਆਂ ਖਾਸ ਸਮਝਾਉਣਾ, ਇੱਥੇ ਬਹੁਤ ਪਿਆਰ ਜੇ ਨਾਲ ਚੀਜ਼ ਅਸੀਂ ਅੰਡਰਸਟੈਂਡ ਕਰਾਂਗੇ। ਸਭ ਤੋਂ ਪਹਿਲੀ ਗੱਲ, ਅਸੀਂ ਇੱਥੇ ਇੱਕ ਲੈ ਲੈਂਦੇ ਹਾਂ ਮੇਲ, ਜਿਹੜਾ ਇੱਕ ਅਸੀਂ ਆ ਗਿਆ ਮੇਲ ਲੈ ਲੈਂਦੇ, ਠੀਕ ਹੈ। ਤੇ ਇੱਥੇ ਅਸੀਂ ਇੱਕ ਮੇਰੇ ਪੈਰੇ ਵਿੱਚ ਜਿਹੜਾ ਲੈ ਲੈਂਦੇ ਉਹ ਕੀ ਲੈ ਲੈਂਦੇ, ਫੀਮੇਲ ਲੈ ਲੈਂਦੇ। ਆਹ ਦੋ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਵਿੱਚ ਹੋ ਗਈਆਂ, ਇੱਕ ਹੋ ਗਈ ਮੇਲ ਤੇ ਇੱਕ ਹੋ ਗਈ ਫੀਮੇਲ। ਹੁਣ ਮੇਲ ਦੇ ਵਿੱਚ ਜਿਹੜਾ ਹੈ ਉਹ ਸਪਰਮ ਹੁੰਦਾ, ਤਾਂ ਮੇਲ ਦੇ ਵਿੱਚ ਕੀ ਹੁੰਦਾ, ਸਪਰਮ ਹੁੰਦਾ, ਠੀਕ ਹੈ। ਤੇ ਇਸੇ ਤਰ੍ਹਾਂ ਹੀ ਅਸੀਂ ਜੇ ਇੱਕ ਔਰਤ ਬੀਬੀ ਦੇ ਵਿੱਚ ਗੱਲ ਕਰੀਏ, ਓਵਮ, ਜਾਂ ਅਸੀਂ ਉਹਦੇ ਵਿੱਚ ਗੱਲ ਕਰਦੇ ਹਾਂ, ਇੱਕ ਐੱਗ ਹੁੰਦਾ, ਠੀਕ ਹੈ, ਉਹਦੇ ਵਿੱਚ ਇੱਕ ਐੱਗ ਹੁੰਦਾ। ਹੁਣ ਜਦੋਂ ਇਹ ਦੋਵਾਂ ਚੀਜ਼ਾਂ ਦਾ ਰਿਐਕਸ਼ਨ ਫਰਟੀਲਾਈਜ਼ ਕਰਦੇ ਨੇ ਦੋਵੇਂ, ਇਹ ਜਦੋਂ ਦੋਵੇਂ ਚੀਜ਼ਾਂ ਕੀ ਆ, ਫਰਟੀਲਾਈਜ਼ ਕਰਦੇ ਨੇ, ਜਾਂ ਅਸੀਂ ਗੱਲ ਕਰਦੇ ਹਾਂ ਰਿਐਕਸ਼ਨ ਕਰਦੇ ਇੱਕ ਦੂਜੇ ਦੇ ਨਾਲ, ਫਰਟੀਲਾਈਜ਼ ਕਰਦੇ ਨੇ, ਤਾਂ ਇਹਨਾਂ ਦੋਵਾਂ ਦੇ ਰਿਐਕਸ਼ਨ ਦੇ ਵਿੱਚੋਂ ਜਿਹੜੀ ਚੀਜ਼ ਪੈਦਾ ਹੁੰਦੀ ਆ ਉਹਨੂੰ ਅਸੀਂ ਜਾਈਗੋਟ ਕਹਿੰਦੇ ਹਾਂ। ਤਾਂ ਇਸੇ ਕਰਕੇ ਮੇਰੇ ਪੈਰ ਵਿੱਚ ਉਹਨੂੰ ਅਸੀਂ ਕੀ ਕਹਿੰਦੇ ਹਾਂ, ਜਾਈਗੋਟ ਕਹਿੰਦੇ ਹਾਂ। ਮੈਂ ਛੋਟੇ ਛੋਟੇ ਪੁਆਇੰਟ ਸਮਝਾ ਕੇ ਜਾਊਂਗਾ, ਗੱਲ ਨੂੰ ਅੰਡਰਸਟੈਂਡ ਕਰਨਾ, ਕਿਉਂਕਿ ਇਹ ਚੀਜ਼ ਬੜੀ ਡਿਫੀਕਲਟ ਆ। ਨਾਲ ਦੀ ਨਾਲ ਇੱਕ ਪੁਆਇੰਟ ਜਿਹੜਾ ਤੁਸੀਂ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ, ਕਲਾਸ ਨੂੰ ਵੱਧ ਤੋਂ ਵੱਧ ਜਿਹੜਾ ਤੁਸੀਂ ਸ਼ੇਅਰ ਕਰ ਦੇਣਾ ਹੈ, ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਜਾਈਗੋਟ ਕਹਿ ਦਿੰਦੇ। ਹੁਣ ਜਾਈਗੋਟ ਦੇ ਵਿੱਚ ਅੱਗੋਂ ਆ ਜਾਂਦੇ ਕ੍ਰੋਮੋਸੋਮਸ, ਵੈਸੇ ਹੋਰ ਚੀਜ਼ਾਂ ਵਿੱਚ ਬੜੀਆਂ ਹੁੰਦੀਆਂ, ਮੈਂ ਉਹਨਾਂ ਬਾਰੇ ਨਹੀਂ ਕਹਾਂ, ਕਿਉਂਕਿ ਮੈਂ ਤੁਹਾਨੂੰ ਇੱਕ ਸਾਈਕੋਲੋਜੀ ਪੜ੍ਹਾ ਰਿਹਾ, ਤੁਹਾਨੂੰ ਕੋਈ ਬਾਇਓਲੋਜੀ ਨਹੀਂ ਪੜ੍ਹਾ ਰਿਹਾ, ਜਿਹਨੂੰ ਮੈਂ ਇਹਨੂੰ ਬਹੁਤ ਵੱਡੇ ਪੱਧਰ ਦੇ ਵਿੱਚ ਖੋਲ੍ਹਾਂ। ਤਾਂ ਇਸੇ ਕਰਕੇ ਜਾਈਗੋਟ ਦੇ ਵਿੱਚ ਅੱਗੋਂ ਜਿਹੜੀ ਚੀਜ਼ ਆ ਜਾਂਦੀ ਹੈ ਮੇਰੇ ਪੈਰ ਵਿੱਚ, ਉਹ ਆ ਜਾਂਦੀ ਕ੍ਰੋਮੋਸੋਮਸ, ਕ੍ਰੋਮੋਸੋਮ ਆ ਜਾਂਦੇ ਆ। ਔਰ ਮੈਂ ਇੱਕ ਚੀਜ਼ ਕਹਿੰਦਾ ਕਿ ਇਹਨਾਂ ਨੂੰ ਜਿੰਨੀ ਕੋਸ਼ਿਸ਼ ਹੋ ਸਕੇ ਅਸੀਂ ਅੰਗਰੇਜ਼ੀ ਦੇ ਵਿੱਚ ਯਾਦ ਕਰਨ ਦੀ ਕੋਸ਼ਿਸ਼ ਕਰੀਏ। ਚਲੋ ਮੈਂ ਚਲੋ ਮਾੜੀ ਮੋਟੀ ਚੀਜ਼ ਮੰਨਦਾ ਕਿ ਇਹਦੀ ਕ੍ਰੋਮੋਸੋਮਸ ਨੂੰ ਅਸੀਂ ਗੁਣ ਸੂਤਰ ਜਿਹੜਾ ਹੈਗਾ ਉਹ ਅਸੀਂ ਗੁਣ ਸੂਤਰ ਕਹਿੰਦੇ ਹਾਂ, ਪੰਜਾਬੀ ਦੀ ਗੁਣ ਸੂਤਰ ਬਣ, ਠੀਕ ਹੈ।
ਤਾਂ ਇਸ ਕਰਕੇ ਉਹਦੇ ਵਿੱਚ ਕ੍ਰੋਮੋਸੋਮਸ ਆ ਜਾਂਦੇ। ਕ੍ਰੋਮੋਸੋਮਸ ਤੋਂ ਬਾਅਦ ਅੱਗੇ ਹੁੰਦਾ ਜੀਨਸ, ਤੇ ਜੀਨਸ ਤੋਂ ਬਾਅਦ ਸਾਡੀ ਪੈਦਾ ਹੁੰਦੀ ਹੈ ਜੀਨਸ, ਤੇ ਜੀਨਸ ਤੋਂ ਬਾਅਦ ਜਿਹੜੀ ਚੀਜ਼ ਨਿਕਲਦੀ ਆ ਉਹ ਨਿਕਲਦੀ ਹੈ ਹੈਰੀਡਿਟੀ। ਤਾਂ ਪਹਿਲੀ ਸਵਾਲ ਤਾਂ ਕਈ ਵਾਰੀ ਆਹ ਸੀਕੁਐਂਸ ਪੇਪਰ ਜ਼ਿਆਦਾ ਡੂੰਘਾ ਲਿਆ ਜੀ, ਤਾਂ ਤੁਹਾਡੇ ਤੋਂ ਇਹ ਪੁੱਛ ਲੈਂਦੇ ਕਿ ਹੈਰੀਡਿਟੀ ਕਿਹਦੇ ਚੋਂ ਨਿਕਲਦੀ। ਤਾਂ ਹੈਰੀਡਿਟੀ ਜੀਨਸ ਤੋਂ ਨਿਕਲਦੀ ਹੈ। ਇਹਦੀ ਮੂਲ ਕਾਈ ਜਿਹੜੀ ਹੈਗੀ ਨਾ, ਇਹ ਪੇਪਰ ਦੇ ਵਿੱਚ ਦੋ ਤਿੰਨ ਵਾਰ ਪੀਟੈਟ ਦੇ ਵਿੱਚ ਵੀ ਸਵਾਲ ਆਇਆ ਹੋਇਆ, ਮੈਂ ਅੱਗੇ ਲੈ ਕੇ ਵੀ ਆਇਆ ਕਿ ਹੈਰੀਡਿਟੀ ਦੀ ਜਿਹੜੀ ਬੇਸਿਕ ਕਾਈ ਆ ਉਹ ਜੀਨਸ। ਤਾਂ ਇਸੇ ਕਰਕੇ ਜੀ ਕਿਵੇਂ ਕਹਿੰਦੇ ਨਾ ਕਿ ਜਿਵੇਂ ਦਾ ਜੀਨਸ ਤੁਹਾਡੇ ਚ ਪਾਇਆ ਜਾਂਦਾ ਉਵੇਂ ਦਾ ਹੀ ਬੱਚਾ ਹੋਊਗਾ। ਇਹ ਆਪਾਂ ਸਵਾਲ ਕਹਿੰਦੇ ਨਾ ਕਿ ਚਲੋ ਸਿਆਣੇ ਜਿਵੇਂ ਕਹਿ ਦਿੰਦੇ, ਜਿਵੇਂ ਦੀ ਅਸੀਂ ਗੱਲ ਕਹਿੰਦੇ ਹਾਂ ਕੁੱਖ, ਤੇ ਉਵੇਂ ਦਾ ਹੀ ਅੱਗੋਂ ਬੱਚਾ ਹੋਊਗਾ। ਤਾਂ ਇਸੇ ਕਰਕੇ ਜੀਨਸ ਤੋਂ ਹੀ ਹੈਰੀਡਿਟੀ ਤੈਅ ਹੁੰਦੀ। ਹੁਣ ਦੋ ਚੀਜ਼ਾਂ ਜਿਹੜੀਆਂ ਨੇ ਇੰਨੀ ਚੀਜ਼ ਤੁਸੀਂ ਅੰਡਰਸਟੈਂਡ ਜਿਹੜੀ ਆ ਉਹ ਕਰ ਗਏ ਹੋ। ਹੁਣ ਜਿਹੜੇ ਆ ਕ੍ਰੋਮੋਸੋਮਸ ਨੇ ਨਾ, ਇਹ ਪੇਅਰਸ ਦੇ ਹੁੰਦੇ ਆ, ਜੋੜਿਆਂ ਦੇ ਵਿੱਚ। ਹੁਣ ਇਹਨਾਂ ਬਾਰੇ ਆਪਾਂ ਥੋੜ੍ਹਾ ਜਿਹਾ ਚਰਚਾ ਕਰਾਂਗੇ, ਫਿਰ ਚੀਜ਼ਾਂ ਤੁਸੀਂ ਹੋਰ ਸੋਹਣੇ ਤਰੀਕੇ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਅੰਡਰਸਟੈਂਡ ਕਰੋ। ਜਿਹੜੇ ਅਗੁਣ ਸੂਤਰ ਹੁੰਦੇ ਕ੍ਰੋਮੋਸੋਮਸ, ਜਿਹੜੇ ਕੀ ਆ ਕਿ ਟੋਟਲ ਮੇਲ ਜਾਂ ਫੀਮੇਲ ਦੇ ਵਿੱਚ ਕਿੰਨੇ ਪਾਏ ਜਾਂਦੇ ਆ, ਇਹ 46 46 46 ਪਾਏ ਜਾਂਦੇ ਆ। ਪਰ ਇਹ ਪਾਏ ਕਿੰਨਾ 'ਚ ਜਾਂਦੇ ਆ, ਇਹ ਜੋੜਿਆਂ 'ਚ ਪਾਏ ਜਾਂਦੇ ਆ। ਠੀਕ ਹੈ, ਜੋੜੇ ਕਿੰਨੇ ਹੁੰਦੇ ਆ, 23 ਜੋੜੇ ਹੁੰਦੇ ਆ, ਇੱਕ ਜੋੜੇ 'ਚ ਦੋ ਹੁੰਦੇ ਆ, ਤੇ ਟੋਟਲ ਕਿੰਨੇ ਹੁੰਦੇ ਆ, 46। ਹੁਣ ਇਸ ਤੋਂ ਬਾਅਦ ਇੰਨੀ ਗੱਲ ਨੂੰ ਤੁਸੀਂ ਅੰਡਰਸਟੈਂਡ ਕਰ ਗਏ ਹੋਵੋਗੇ ਕਿ ਜਦੋਂ ਮੇਲ ਦਾ ਸਪਰਮ ਤੇ ਫੀਮੇਲ ਦਾ ਜਿਹੜਾ ਐਗ ਆ ਇਹ ਫਰਟੀਲਾਈਜ਼ ਕਰਦਾ ਹੈ, ਜਾਈਗੋਟ ਬਣਦਾ ਹੈ, ਜਾਈਗੋਟ ਦੇ ਵਿੱਚ ਕ੍ਰੋਮੋਸੋਮਸ ਹੁੰਦੇ, ਕ੍ਰੋਮੋਸੋਮਸ ਤੋਂ ਬਾਅਦ ਜੀਨਸ ਹੁੰਦੇ, ਜੀਨਸ ਤੋਂ ਬਾਅਦ ਹੈਰੀਡਿਟੀ ਬਣਦੀ। ਇੱਕ ਛੋਟੀ ਜਿਹੀ ਤਸਵੀਰ, ਇਸ ਤਸਵੀਰ ਨੂੰ ਅੱਗੇ ਹੋਰ ਐਕਸਪਲੇਨ ਕਰਨ ਵਾਸਤੇ ਮੈਂ ਇੱਕ ਚੀਜ਼ ਹੋਰ ਦੱਸਦਾ। ਇਸੇ ਤਰ੍ਹਾਂ ਹੀ ਅਸੀਂ ਇੱਕ ਜਦੋਂ ਕੀ ਲੈ ਲੈਂਦੇ ਹਾਂ, ਮੇਰੇ ਪੈਰ ਵਿੱਚੋਂ ਇੱਕ ਮੇਲ ਲੈ ਲੈਂਦੇ ਹਾਂ। ਠੀਕ ਹੈ, ਇਹਦੇ ਵਿੱਚ ਮੈਂ ਜਿਹੜੀ ਚੀਜ਼ ਆ ਅੱਗੇ ਜਾ ਕੇ ਫਿਰ ਅੰਡਰਸਟੈਂਡ ਕਰਾਉਣੀ ਆ, ਜਿਹੜੀ ਤੁਹਾਨੂੰ ਚੀਜ਼ ਫਿਰ ਜਾ ਕੇ ਮੈਂ ਸਮਝਾਉਣੀ। ਇਸੇ ਤਰ੍ਹਾਂ ਹੀ ਅਸੀਂ ਇੱਕ ਫਿਰ ਮੇਲ ਲੈ ਲੈਂਦੇ, ਮੇਲ ਤੋਂ ਬਾਅਦ ਮੇਰੇ ਪਿਆਰੇ ਬੱਚਿਓ ਫਿਰ ਅਸੀਂ ਇੱਕ ਕੀ ਲੈ ਲੈਂਦੇ ਹਾਂ, ਫੀਮੇਲ ਲੈ ਲੈਂਦੇ, ਇੱਕ ਅਸੀਂ ਕੀ ਲੈ ਲੈਂਦੇ ਹਾਂ, ਫੀਮੇਲ ਲੈ ਲੈਂਦੇ, ਸੇਮ ਉਸੇ ਤਰ੍ਹਾਂ ਸੇਮ ਪੋਜੀਸ਼ਨ ਦੇ ਵਿੱਚ। ਹੁਣ ਮੇਲ ਤੇ ਫੀਮੇਲ ਦੇ ਵਿੱਚ ਅਸੀਂ ਵੇਖੋ ਕਿ ਜੇ ਅਸੀਂ ਗੱਲ ਕਰੀਏ ਪੇਅਰਸ ਦੇ ਵਿੱਚ ਹੁੰਦੇ ਨੇ ਕੀ, ਕ੍ਰੋਮੋਸੋਮ ਟੋਟਲ ਹੁੰਦੇ ਕਿੰਨੇ, 46। ਤਾਂ ਇਹ ਪੇਅਰਸ ਜੋੜੇ ਦੇ ਵਿੱਚ ਹੁੰਦੇ ਨੇ, ਤਾਂ ਜਿਹੜੇ ਪੇਅਰਸ ਹੁੰਦੇ ਨੇ ਕਿੰਨੇ ਪੇਅਰਸ, ਇੱਕ ਕ੍ਰੋਮੋਸੋਮ ਇੱਕ ਦੇ ਵਿੱਚ ਹੁੰਦੇ ਨੇ 23 23, ਮੰਨ ਕੇ ਚਲੋ ਟੋਟਲ 23 ਜੋੜੇ ਹੁੰਦੇ ਨੇ, ਤੇ ਕ੍ਰੋਮੋਸੋਮਸ ਟੋਟਲ ਕਿੰਨੇ ਹੋ ਗਏ ਮੇਰੇ ਪੈਰੇ ਵਿੱਚ, 46। ਠੀਕ ਹੈ, ਇੰਨੀ ਗੱਲ ਜਿਹੜੀ ਆ ਤੁਸੀਂ ਅੰਡਰਸਟੈਂਡ ਕਰ ਗਏ ਹੋਗੇ। ਠੀਕ ਹੈ, ਤਾਂ ਇਸੇ ਕਰਕੇ ਅਸੀਂ ਗੱਲ ਕਰੀਏ 23 ਕੀ ਆ ਪੇਅਰਸ, ਜਾਂ ਅਸੀਂ ਗੱਲ ਕਰੀਏ ਜੋੜੇ ਜਿਹੜੇ ਨੇ ਉਹ ਕ੍ਰੋਮੋਸੋਮਸ ਕਿੰਨੇ ਹੁੰਦੇ ਆ, ਕ੍ਰੋਮੋਸੋਮ ਆ ਕ੍ਰੋਮੋਸੋਮ ਆ ਜਿਹੜਾ ਇਹ ਮੈਂ ਇੱਕ ਇਸ ਤਰੀਕੇ ਨਾਲ ਲਿਖ ਦਿੰਦਾ, ਜਾਂ ਇਹਨੂੰ ਅਸੀਂ ਪੰਜਾਬੀ ਵਿੱਚ ਕੀ ਕਹਿ ਦਿੰਦੇ ਹਾਂ, ਗੁਣ ਸੂਤਰ ਕਹਿ ਦਿੰਦੇ। ਇਹ ਕਿੰਨੇ ਵਿੱਚ ਹੁੰਦੇ ਆ ਮੇਰੇ ਪੈਰੇ ਵਿੱਚ, ਇਹ ਹੁੰਦੇ ਆ ਆਪਣੇ ਮੇਲ ਦੇ ਵਿੱਚ। ਸੇਮ ਹੀ ਕ੍ਰੋਮੋਸੋਮਸ ਜਿਹੜੇ ਹੁੰਦੇ ਆ ਟੋਟਲ ਕਿੰਨੇ, 23 ਜੋੜਿਆਂ ਦੇ ਵਿੱਚ। ਮੈਂ ਫਿਰ ਕਹਿ ਰਿਹਾ ਟੋਟਲ ਕ੍ਰੋਮੋਸੋਮ ਜੇ ਤੁਹਾਡੇ ਕੋਈ ਪੁੱਛ ਲਵੇ ਤਾਂ ਟੋਟਲ 46 ਹੁੰਦੇ ਆ, ਤਾਂ 23 ਇੱਕ ਜੋੜੇ 'ਚ ਦੋ ਹੁੰਦੇ। ਮੈਂ ਉਹ ਅੱਗੇ ਜਾ ਕੇ ਉਹ ਤਸਵੀਰ ਦੇ ਵਿੱਚ ਥੋੜ੍ਹਾ ਜਿਹਾ ਸਮਝਾਊਂਗਾ। ਸੇਮ ਹੀ ਪੋਜੀਸ਼ਨ ਹੈ, ਸੇਮ ਪੋਜੀਸ਼ਨ ਕੀ ਹੋ ਗਈ, ਇੱਥੇ ਹੋ ਗਈ। ਹੁਣ ਇਹ 23 ਦੇ ਵਿੱਚ ਅਸੀਂ ਇੱਕ ਚੀਜ਼ ਕਰ ਰਹੇ ਹਾਂ, ਇਹਨਾਂ ਕ੍ਰੋਮੋਸੋਮਸ ਨੂੰ ਆਪਾਂ 23 ਦੇ ਵਿੱਚ ਅਸੀਂ ਲੈ ਲੈਂਦੇ। ਠੀਕ ਹੈ, 23 ਦੇ ਵਿੱਚ ਅਸੀਂ ਕੀ ਲੈ ਲੈਂਦੇ ਹਾਂ ਕਿ ਆਹ ਜਿਹੜੇ ਹੁੰਦੇ ਨੇ 22। ਠੀਕ ਹੈ, ਇਹਦੇ ਵਿੱਚ 22 ਕ੍ਰੋਮੋਸੋਮ ਹੋ ਗਏ ਪੇਅਰਸ ਦੇ ਵਿੱਚ, 22 ਕਿੰਨੇ 'ਚ ਹੋ ਗਏ ਪੇਅਰਸ ਦੇ ਵਿੱਚ। ਤਾਂ ਇਹ ਕੀ ਹੁੰਦਾ ਹੈ, ਇਹ 22 ਜਿਹੜੇ ਹੁੰਦੇ ਨੇ ਇਹ ਹੁੰਦੇ ਨੇ ਸੇਮ, ਇਹ ਕ੍ਰੋਮੋਸੋਮ ਮੇਰੇ ਪੈਰੇ ਵਿੱਚੋਂ ਕੀ ਹੁੰਦੇ ਨੇ ਸੇਮ। ਤੇ ਜਿਹੜਾ ਆਹ ਅਸੀਂ ਗੱਲ ਕਰੀ ਤਾਂ ਜਿਹੜਾ ਇੱਕ ਜਿਹੜਾ ਰਹਿ ਗਿਆ ਲਾਸਟ, ਜਿਹੜਾ ਕਿੰਨਾ ਰਹਿ ਗਿਆ ਇੱਕ, ਜੋੜੇ ਦੇ ਵਿੱਚ ਕਿੰਨਾ ਰਹਿ ਗਿਆ ਇੱਕ, ਜਿਹੜਾ ਅਸੀਂ ਕਹਿੰਦੇ ਹੁਣ ਕ੍ਰੋਮੋਸੋਮ ਜੋੜੇ ਵਿੱਚ ਇੱਕ ਆ, ਵੈਸੇ ਦੋ ਕਿਹੜੇ ਕਹਿੰਦੇ ਨੇ, ਇਹ ਕੀ ਅਸੀਂ ਗੱਲ ਕਰਦੇ ਹਾਂ। ਠੀਕ ਹੈ, ਤਾਂ ਮੇਲ ਦੇ ਵਿੱਚ ਕੀ ਹੁੰਦਾ, ਐਕਸ ਵਾਈ ਦੋ, ਐਕਸ ਤੇ ਵਾਈ, ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਮੇਲ ਦੇ ਵਿੱਚ ਹੁੰਦੀਆਂ। ਹੁਣ ਮੈਂ ਕੋਈ ਗੱਲ ਨਹੀਂ, ਜੇ ਡਿਫੀਕਲਟ ਆ ਚੀਜ਼ ਨੂੰ ਮੈਂ ਥੋੜ੍ਹਾ ਜਿਹਾ ਸਿੰਪਲੀਫਾਈ ਕਰਕੇ ਹੋਰ ਵੀ ਚੀਜ਼ ਸਮਝਾਊਂਗਾ। ਸੇਮ ਹੀ ਅਸੀਂ ਸੇਮ ਚੀਜ਼ ਫਿਰ ਅਸੀਂ ਗੱਲ ਕਰੀਏ, 23 ਦੇ ਵਿੱਚ 22 ਜਿਹੜੇ ਕ੍ਰੋਮੋਸੋਮ ਨੇ, ਠੀਕ ਹੈ, ਪੇਅਰਸ ਦੇ ਵਿੱਚ 22 ਕਿੰਨੇ ਵਿੱਚ, ਪੇਅਰਸ ਦੇ ਵਿੱਚ ਜੋੜੇ ਦੇ ਵਿੱਚ ਟੋਟਲ ਕਿੰਨੇ ਆ ਮੇਰੇ ਪੈਰੇ ਵਿੱਚ, ਟੋਟਲ ਹੋ ਗਏ 44। ਠੀਕ ਹੈ, ਇਸੇ ਤਰ੍ਹਾਂ ਟੋਟਲ ਕੀ ਹੋ ਗਏ 44। ਸੇਮ ਹੀ ਰਹਿ ਗਿਆ ਜਿਹੜਾ ਇੱਕ, ਪੇਅਰਸ ਦੇ ਵਿੱਚ ਵੈਸੇ ਕਿੰਨੇ ਹੋ ਗਏ ਮੇਰੇ ਪੈਰੇ ਵਿੱਚ, ਦੋ। ਠੀਕ ਹੈ, ਜਿਹੜੇ ਕਿਹੜੇ ਕਿਹੜੇ ਦੋ ਹੋ ਗਏ, ਇਹਨਾਂ ਨੂੰ ਆਪਾਂ ਨਾਮ ਜਿਹੜਾ ਦਿੰਦੇ ਹਾਂ ਉਹ ਕਿਹੜੇ ਕਿਹੜੇ ਦਿੰਦੇ ਹਾਂ, ਫੀਮੇਲ ਦੇ ਵਿੱਚ ਉਹ ਆ ਜਾਂਦੇ ਐਕਸ ਐਕਸ। ਹੁਣ ਇੱਥੇ ਚੀਜ਼ ਇੰਨੀ ਚੀਜ਼ ਤੁਸੀਂ ਸਮਝ ਗਏ, ਨਹੀਂ ਚੀਜ਼ ਸਮਝੇ ਮੈਂ ਦੁਬਾਰਾ ਸਮਝਾ ਦੇਣਾ। ਹੁਣ ਟੋਟਲ ਕ੍ਰੋਮੋਸੋਮਸ ਕਿੰਨੇ ਹੁੰਦੇ ਆ ਮੇਰੇ ਪੈਰੇ ਵਿੱਚ, 46 ਹੁੰਦੇ ਆ। 46 ਜਿਹੜੇ ਹੁੰਦੇ ਆ ਇਹ ਹੁੰਦੇ ਕਿੰਨੇ 'ਚ ਨੇ, ਜੋੜੇ 'ਚ, ਪੇਅਰਸ ਦੇ ਵਿੱਚ ਹੁੰਦੇ, ਹਮੇਸ਼ਾ ਜੋੜੇ ਦੇ ਵਿੱਚ ਹੁੰਦੇ। ਜੋੜੇ ਕਿੰਨੇ ਹੋ ਗਏ, 23 ਹੋ ਗਏ। ਠੀਕ ਹੈ, ਤੇ ਉਹ 23 ਨੂੰ ਅਸੀਂ ਐਂ ਵੰਡਦੇ ਹਾਂ ਫੀਮੇਲ ਦੇ ਵਿੱਚ, 22 ਤਾਂ ਹੁੰਦੇ ਆ ਸੇਮ। ਠੀਕ ਹੈ, ਤੇ ਜਿਹੜਾ ਇੱਕ ਹੁੰਦਾ ਉਹ ਕੀ ਆ, ਔਰਤਾਂ ਦੇ ਵਿੱਚ ਅਸੀਂ ਔਰਤਾਂ, ਜਿਹੜਾ ਮਰਦਾਂ ਦੇ ਵਿੱਚ ਇੱਕ ਹੁੰਦਾ ਉਹ ਅਲੱਗ ਅਲੱਗ ਪਾਇਆ ਜਾਂਦਾ ਐਕਸ ਵਾਈ, ਤੇ ਔਰਤਾਂ ਵਿੱਚ ਜਿਹੜਾ ਪਾਇਆ ਜਾਂਦਾ ਉਹ ਕੀ ਪਾਇਆ ਜਾਂਦਾ, ਐਕਸ
ਆਕਸੀਜਨ ਹੈਗਾ ਇਹ ਆਊਟ ਹੈ। ਹੁਣ ਜਿਹੜੇ ਆ 22 ਨੇ ਆ ਜਿਹੜੇ 22 ਜਿਹੜੇ ਸੇਮ ਨੇ ਇਹਨੂੰ ਅਸੀਂ ਕੀ ਕਹਿੰਦੇ, ਇਹਨੂੰ ਅਸੀਂ ਆਟੋਸੈਕਸ ਕਹਿੰਦੇ ਹਾਂ। ਕੀ ਕਹਿੰਦੇ? ਆਟੋਸੋਮਸ ਕਹਿੰਦੇ ਹਾਂ, ਠੀਕ ਹੈ। ਆਟੋਸੋਮਸ ਜਿਹੜਾ ਹੈਗਾ ਮੇਰੇ ਪਿਆਰੇ ਬੱਚੋ, ਇਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ। ਆ ਚੀਜ਼ ਧਿਆਨ ਦੇ ਵਿੱਚ ਰੱਖਿਓ, ਪੇਪਰ ਦੇ ਵਿੱਚ ਇੱਕ ਦੋ ਵਾਰ ਸਵਾਲ ਪੁੱਛਿਆ ਹੋਇਆ, ਇੱਕ ਦੋ ਵਾਰ ਸਵਾਲ ਪੁੱਛਿਆ ਵੀ ਜਾ ਚੁੱਕਿਆ ਹੈ। ਜਿਹੜੇ ਇਹ 22 ਸੇਮ ਹੁੰਦੇ ਆ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਆਟੋਸੋਮਸ। ਜਾਂ ਇੱਕ ਪੇਪਰ 'ਚ ਸਵਾਲ ਹੁੰਦਾ ਆਟੋਸੋਮਸ ਟੋਟਲ ਹੁੰਦੇ ਕਿੰਨੇ, ਕਿੰਨੇ ਹੁੰਦੇ ਆ 44, ਜੋੜਿਆਂ 'ਚ ਕਿੰਨੇ ਹੁੰਦੇ ਆ 22। ਤਾਂ ਜਿਹੜੇ ਆਹ ਮੇਰੇ ਪਿਆਰੇ ਬੱਚੋ ਇਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਆਟੋਸੋਮਸ ਕਹਿੰਦੇ ਹਾਂ, ਠੀਕ ਹੈ। ਕੀ ਕਹਿ ਦਿੰਦੇ? ਅਸੀਂ ਆਟੋਸੋਮ ਦੇ। ਹੁਣ ਅੱਗੇ ਸਵਾਲ ਆ ਗਿਆ, ਹੁਣ ਅਗਲਾ ਸਵਾਲ ਜਿਹੜਾ ਹੈਗਾ ਆਟੋਸੋਮਸ ਹੋ ਗਿਆ। ਤੇ ਇੱਕ ਚੀਜ਼ ਹੁਣ ਆਪਾਂ ਇੱਥੇ ਥੋੜ੍ਹਾ ਜਿਹਾ ਪੈਨ ਚੇਂਜ ਕਰਕੇ ਤੁਹਾਨੂੰ ਦੱਸ ਦਿੰਦਾ, ਜਿਹੜਾ ਆਹ ਇੱਕ ਰਹਿ ਗਿਆ ਐਕਸ ਵਾਈ, ਠੀਕ ਹੈ, ਸੇਮ ਹੀ ਇੱਧਰ ਜਿਹੜਾ ਇੱਧਰ ਰਹਿ ਗਿਆ ਐਕਸ ਐਕਸ ਔਰਤ ਵਾਈ, ਠੀਕ ਹੈ। ਤਾਂ ਜਦੋਂ ਇਹ ਆਪਸ ਦੇ ਵਿੱਚ ਟਕਰਾਉਂਦੇ ਆ, ਮਤਲਬ ਇਧਰੋਂ ਇਧਰੋਂ ਔਰਤ ਵੱਲ ਜਾਂਦਾ, ਇਧਰੋਂ ਮਰਦ ਵੱਲ ਜਾਂਦਾ, ਜਦੋਂ ਆਹ ਦੋਵੇਂ ਚੀਜ਼ਾਂ ਟਕਰਾਉਂਦੇ ਆ, ਇਹ ਕੀ ਕਰਦੇ ਆ? ਇਹ ਸੈਕਸ ਨਿਰਧਾਰਤ ਕਰਦੇ ਆ। ਕੀ ਕਰਦੇ ਆ? ਸੈਕਸ ਨਿਰਧਾਰਤ ਕਰਦੇ ਆ। ਮੀਨਿੰਗ ਕੀ ਆ? ਜੈਂਡਰ ਨਿਰਧਾਰਤ ਕਰਦੇ ਆ। ਕੀ ਕਰਦੇ ਆ? ਜੈਂਡਰ ਜਿਹੜਾ ਹੈਗਾ ਮੇਰੇ ਪਿਆਰੇ ਵਿੱਚੋਂ ਲਿੰਗ ਨਿਰਧਾਰਤ ਕਰਦੇ ਆ, ਕਿ ਜਿਹੜੀ ਕੁੜੀ ਤੇ ਮੁੰਡਾ ਜਿਹੜਾ ਹੋਊਗਾ ਉਹ ਚੀਜ਼ ਕੌਣ ਨਿਰਧਾਰਤ ਕਰਦੇ ਆ? ਇਹ ਚੀਜ਼ਾਂ ਨਿਰਧਾਰਤ ਕਰਦੀਆਂ ਜਿਹੜੇ ਲਾਸਟ ਕ੍ਰੋਮੋਸੋਮਸ ਨੇ। ਹੁਣ ਜਿਹੜੇ ਆਹ ਕ੍ਰੋਮੋਸੋਮਸ ਹੁੰਦੇ ਆ, ਇਹ ਬੁਆਏ ਤੇ ਅਸੀਂ ਗਰਲ ਜਿਹੜੀ ਹੈਗੀ ਆ ਇਹ ਚੀਜ਼ ਨਿਰਧਾਰਤ ਕਰਦੇ। ਹੁਣ ਇੱਕ ਚੀਜ਼ ਧਿਆਨ ਦੇ ਵਿੱਚ ਰੱਖਿਓ, ਠੀਕ ਹੈ, ਉਹ ਚੀਜ਼ ਕੀ ਧਿਆਨ ਦੇ ਵਿੱਚ ਰੱਖਣੀ ਆ, ਕਿਉਂਕਿ ਚੀਜ਼ਾਂ ਨੂੰ ਤੁਸੀਂ ਸਮਝ ਹੀ ਜਾਣਾ ਹੈ। ਹੁਣ ਇੰਨੀ ਗੱਲ ਤਾਂ ਤੁਸੀਂ ਸਮਝ ਲੱਗ ਗਏ ਕਿ ਅਸੀਂ ਇਹ ਜਿਹੜੇ ਆਹ ਜਿਹੜੇ ਕ੍ਰੋਮੋਸੋਮਸ ਨੇ, ਜਿਹੜਾ ਇੱਕ ਹੁੰਦਾ ਇਹ ਪੇਅਰਸ ਤੇ ਇੱਕ ਹੁੰਦਾ, ਵੈਸੇ ਦੋ ਹੁੰਦੇ ਨੇ। ਇਹ ਗੱਲ ਤੁਸੀਂ ਅੰਡਰਸਟੈਂਡ ਕਰ ਗਏ? ਜਿਹਨੂੰ ਅਸੀਂ ਔਰਤ ਦੇ ਲਈ ਐਕਸ ਐਕਸ ਤੇ ਮਰਦ ਲਈ ਐਕਸ ਵਾਈ ਕਹਿੰਦੇ ਆ, ਇਹਨੂੰ ਅਸੀਂ ਇਸ ਕ੍ਰੋਮੋਸੋਮ ਨੂੰ ਨਾਮ ਕਿਹੜਾ ਦੇਣੇ? ਇਹਨੂੰ ਅਸੀਂ ਸੈਕਸ ਕ੍ਰੋਮੋਸੋਮ ਕਹਿੰਦੇ। ਕਿਹੜਾ? ਸੈਕਸ ਕ੍ਰੋਮੋਸੋਮ। ਇਹ ਗੱਲ ਅੰਡਰਸਟੈਂਡ ਕਰ ਗਏ? ਹੁਣ ਇਹ ਕ੍ਰੋਮੋਸੋਮ ਕੀ ਨਿਰਧਾਰਤ ਕਰਦਾ? ਇਹ ਲਿੰਗ ਨਿਰਧਾਰਤ ਕਰਦਾ, ਮੀਨਿੰਗ ਕਿ ਔਰਤ ਤੇ ਮਰਦ ਜਿਹੜਾ ਹੈ ਉਹ ਨਿਰਧਾਰਤ ਕਰਦਾ ਔਰਤ ਹੋਊਗੀ ਕਿ ਮਰਦ ਹੋਊਗੀ। ਤੇ ਜਿਹੜਾ ਆਹ ਜਿਹੜਾ ਸੇਮ ਵਾਲਾ ਹੈ 22 ਵਾਲਾ, ਇਹ ਕੀ ਕਰਦਾ? ਇਹ ਸਰੀਰ ਦਾ ਸਟਰਕਚਰ ਨਿਰਧਾਰਤ ਕਰਦਾ, ਬੋਡੀ ਦਾ ਸਟਰਕਚਰ ਨਿਰਧਾਰਤ ਕਰਦਾ। ਇਹ ਚੀਜ਼ ਧਿਆਨ ਵਿੱਚ ਰੱਖੋ, ਬੋਡੀ ਦਾ ਕੀ ਨਿਰਧਾਰਤ ਕਰਦਾ? ਸਟਰਕਚਰ ਨਿਰਧਾਰਤ ਕਰਦਾ। ਜੇ ਚੀਜ਼ ਦੇ ਵਿੱਚ ਫਿਰ ਥੋੜ੍ਹੀ ਜਿਹੀ ਦਿੱਕਤ ਆ, ਮੈਂ ਸਿੰਪਲ ਜਿਹੀਆਂ ਚੀਜ਼ਾਂ ਦੇ ਵਿੱਚ ਹੁਣ ਇੰਨੀ ਕੁ ਚੀਜ਼ ਤਾਂ ਤੁਸੀਂ ਸਮਝ ਗਏ, ਪਰ ਮੈਂ ਇੱਕ ਚੀਜ਼ ਹੋਰ ਸਮਝਾ ਦਿੰਦਾ। ਉਹ ਚੀਜ਼ ਇਹ ਸਮਝਾ ਦੇਣਾ, ਜਿਵੇਂ ਅਸੀਂ ਆਹ ਮੇਲ ਦੇ ਵਿੱਚੋਂ, ਠੀਕ ਹੈ, ਤੇ ਫੀਮੇਲ ਦੇ ਵਿੱਚੋਂ, ਕੀ ਫੀਮੇਲ ਦੇ ਵਿੱਚੋਂ ਅਸੀਂ ਇੱਕ ਚੀਜ਼ ਲੈ ਰਹੇ ਸੀ, ਠੀਕ ਹੈ, ਫੀਮੇਲ ਦੇ ਮੇਲ ਦੇ ਵਿੱਚੋਂ ਲੈ ਰਹੇ ਸੀ, ਤਾਂ ਇਹਨਾਂ ਦੇ ਕ੍ਰੋਮੋਸੋਮਸ ਨੂੰ ਅਸੀਂ ਵੰਡਿਆ ਸੀ, ਠੀਕ ਹੈ, ਆਹ 22 ਸੀ ਪੇਅਰਸ ਦੇ ਵਿੱਚ, ਆਹ 1 ਸੀ, ਠੀਕ ਹੈ। ਮੈਂ ਇਹ ਗੱਲ ਸਿੰਪਲ ਜਲਦੀ ਜਲਦੀ ਜਿਹੜੀ ਚੀਜ਼ ਆ ਉਹ ਨਿਬੇੜਨ ਲਿਆਉਣਾ। ਆਹ 22 ਸੀ, ਠੀਕ ਹੈ, ਆਹ ਮੇਰੇ ਪਿਆਰੇ ਵਿੱਚੋਂ ਕੀ ਸੀ? 1 ਸੀ। ਇਹਨੂੰ ਅਸੀਂ ਕੀ ਕਹਿ ਦਿੱਤਾ ਸੀ? ਇਹਨੂੰ ਅਸੀਂ ਆਟੋਸੋਮਸ ਕਹਿਤਾ ਸੀ। ਪੇਪਰ ਦੇ ਵਿੱਚ ਕੁਸਚਨ ਆ ਜਾਏ ਆਟੋਸੋਮਸ ਕਿੰਨੇ ਕਿੰਨੇ ਹੁੰਦੇ ਨੇ, ਤੁਸੀਂ ਕੀ ਕਹਿਣਾ? 22 ਹੁੰਦੇ ਨੇ। ਕਿੰਨੇ ਹੁੰਦੇ ਨੇ? 22 ਹੁੰਦੇ ਨੇ। ਤੇ ਪੇਅਰਸ ਦੇ ਵਿੱਚ 22 ਹੁੰਦੇ, ਟੋਟਲ ਪੁੱਛਣਾ ਕਿੰਨੇ ਹੁੰਦੇ, ਤੁਸੀਂ ਕਹਿੰਦੇ 44 ਹੁੰਦੇ ਨੇ। ਸੇਮ ਹੀ ਇੱਥੇ, ਠੀਕ ਹੈ, ਇਹ ਸੇਮ ਚੀਜ਼ ਹੀ ਇੱਥੇ ਤੁਸੀਂ ਜਿਹੜਾ ਹੈ ਉਹ ਮੇਰੇ ਪਿਆਰੇ ਵਿੱਚੋਂ ਤੁਸੀਂ ਕਹਿ ਦੇਣਾ। ਇੰਨੀ ਗੱਲ ਅੰਡਰਸਟੈਂਡ ਕਰਕੇ ਹੁਣ ਇਹਨੂੰ ਜਿਹੜਾ ਆਹ 1 ਰਹਿ ਗਿਆ, ਜਿਹੜਾ ਟੋਟਲ ਕਿੰਨੇ ਨੇ? 2 ਪੇਅਰਸ ਦੇ ਵਿੱਚ ਕਿੰਨੇ ਨੇ? 1। ਇਵੇਂ ਸੇਮ ਚੀਜ਼ ਆ, ਟੋਟਲ ਕਿੰਨੇ ਨੇ? 2 ਪੇਅਰਸ ਦੇ ਵਿੱਚ ਕਿੰਨੇ ਨੇ? 1। ਹੁਣ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ? ਇਹਨਾਂ ਨੂੰ ਮੇਰੇ ਪਿਆਰੇ ਬੱਚੋ ਸੈਕਸ ਸੋਮਸ ਕਹਿੰਦੇ ਆ। ਤੇ ਇਹ ਕੀ ਕਰਦੇ ਆ? ਇਹ ਲਿੰਗ ਨਿਰਧਾਰਤ ਕਰਦੇ ਆ। ਕੀ ਕਰਦੇ ਆ? ਲਿੰਗ ਨਿਰਧਾਰਤ ਕਰਦੇ। ਕਿਵੇਂ ਕਰਦੇ? ਮੈਂ ਉਹ ਅੱਗੇ ਜਾ ਕੇ ਥੋੜ੍ਹਾ ਜਿਹਾ 1 ਮਿੰਟ 'ਚ ਸਮਝਾਉ। ਹੁਣ ਅਗਲੀ ਚੀਜ਼, ਜਿਹੜੇ ਆਟੋਸੋਮਸ ਹੁੰਦੇ ਆ ਨਾ, ਇਹ ਕੀ ਨਿਰਧਾਰਤ ਕਰਦੇ? ਇਹ ਬੋਡੀ ਦਾ ਸਟਰਕਚਰ, ਬੋਡੀ ਦਾ ਸਟਰਕਚਰ, ਕਿ ਸਾਡੀ ਬੋਡੀ ਕਿਵੇਂ ਦੀ ਹੋਊਗੀ। ਜਿਵੇਂ ਕਿ ਸਾਡੀਆਂ ਆਈਸ ਹੋ ਗਈਆਂ, ਸਾਡੇ ਏਅਰਸ ਹੋ ਗਏ, ਕੀ ਹੋ ਗਏ ਸਾਡੇ ਮੇਰੇ ਪਿਆਰੇ ਵਿੱਚੋਂ? ਏਅਰਸ ਹੋ ਗਏ, ਸਾਡੀ ਹਾਈਟ ਹੋ ਗਈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਕੌਣ ਨਿਰਧਾਰਤ ਕਰਦਾ ਹੈ? ਉਹ ਆਟੋਸੋਮਸ। ਹੁਣ ਪੇਪਰ ਦੇ ਵਿੱਚ ਸਵਾਲ ਆ ਜੇ ਕਿ ਤੁਹਾਡੇ ਜਿਹੜੇ ਵਾਲਾਂ ਦਾ ਸਟਾਈਲ ਆ, ਹੁਣ ਇਹ ਕਿਹੜੇ ਕ੍ਰੋਮੋਸੋਮਸ ਨਿਰਧਾਰਤ ਕਰਨਗੇ? ਇਹ ਆਟੋ ਕ੍ਰੋਮੋਸੋਮ, ਜਿਹੜੇ ਆਟੋਸੋਮਸ ਹੁੰਦੇ ਨੇ, ਇਹ ਨਿਰਧਾਰਤ ਕਰਨਗੇ ਤੁਹਾਡੇ ਵਾਲਾਂ ਦਾ, ਤੁਹਾਡੀ ਬੋਡੀ ਸਟਰਕਚਰ, ਤੇ ਤੁਹਾਡਾ ਲਿੰਗ ਜਿਹੜਾ ਕਿ ਤੁਸੀਂ ਔਰਤ ਤੇ ਮਰਦ ਆ, ਇਹ ਕੌਣ ਚੀਜ਼ ਨਿਰਧਾਰਤ ਕਰੂਗੀ? ਤੇ ਔਰਤ ਮਰਦ ਜਿਹੜੇ ਮੇਰੇ ਪਿਆਰੇ ਵਿੱਚ ਨਿਰਧਾਰਤ ਕਰਨਗੇ ਉਹ ਕਰਨਗੇ ਸੈਕਸ ਕ੍ਰੋਮੋਸੋਮ, ਜਿਹੜੇ ਅਸਲ ਦੇ ਵਿੱਚ ਮਰਦ ਵਿੱਚ ਪਾਏ ਜਾਂਦੇ ਨੇ ਐਕਸ ਵਾਈ, ਠੀਕ ਹੈ, ਤੇ ਔਰਤ ਵਿੱਚ ਪਾਏ ਜਾਂਦੇ ਨੇ ਐਕਸ ਐਕਸ। ਮੀਨਿੰਗ ਕਿ ਇੱਥੇ ਮੈਂ ਤੁਹਾਨੂੰ ਸਮਝਾ ਦੇਣਾ, ਜਦੋਂ ਐਕਸ ਪਲੱਸ ਵਾਈ ਇਧਰੋਂ ਔਰਤ ਵੱਲੋਂ ਆ ਜਾਏ ਐਕਸ, ਠੀਕ ਹੈ, ਇਧਰੋਂ ਔਰਤ ਵੱਲੋਂ ਆ ਜਾਏ ਐਕਸ, ਠੀਕ ਹੈ, ਤੇ ਇਧਰੋਂ ਮਰਦ ਵੱਲੋਂ ਆ ਜਾਏ ਵਾਈ, ਤਾਂ ਜਦੋਂ ਇਹ ਦੋਵੇਂ ਆਪਸ ਵਿੱਚ ਫਰਟੀਲਾਈਜ਼ ਹੋਣਗੇ ਉਸ ਸਮੇਂ ਕੀ ਹੋਊਗਾ? ਉਸ ਸਮੇਂ ਕੀ ਹੋਊਗਾ? ਤਾਂ ਉਸ ਸਮੇਂ ਮੇਰੇ ਪਿਆਰੇ ਬੱਚਿਓ ਕੀ ਹੋਊਗਾ? ਠੀਕ ਹੈ, ਉਸ ਸਮੇਂ ਕੀ ਬਣੇਗਾ? ਬੁਆਏ ਬਣੇਗਾ। ਇਹ ਗੱਲ ਧਿਆਨ ਵਿੱਚ ਰੱਖਿਓ। ਤੇ ਇਦੋਂ ਮਰਦ ਵੱਲੋਂ ਵੀ ਕੀ ਆ ਜਾਵੇ? ਐਕਸ। ਤੇ ਇਦੋਂ ਔਰਤ ਵੱਲੋਂ ਵੀ ਐਕਸ ਆ ਜਾਵੇ ਮੇਰੇ ਪਿਆਰੇ ਬੱਚਿਓ, ਤਾਂ ਉਸ ਸਮੇਂ ਕੀ ਬਣੇਗਾ? ਗਰਲ ਬਣੇਗਾ। ਹੁਣ ਗੱਲ ਤੁਸੀਂ ਸਮਝ ਕੀ ਹੋਊਗੀ? ਜਦੋਂ ਐਕਸ ਫੀਮੇਲ ਵੱਲੋਂ ਐਕਸ ਤੇ ਮਰਦ ਵੱਲੋਂ ਵਾਈ ਇਹ ਦੋਵੇਂ ਫਰਟੀਲਾਈਜ਼ ਕਰਦੇ ਆ, ਤਾਂ ਕੀ ਬੰਦਾ? ਬੁਆਏ ਬਣਦਾ ਹੈ।
ਜਦੋਂ ਔਰਤ ਵੱਲੋਂ ਵੀ ਐਕਸ ਤੇ ਮਰਦ ਵੱਲੋਂ ਵੀ ਐਕਸ ਦੋਵੇਂ ਫਰਟੀਲਾਈਜ਼ ਕਰਦੇ ਆ, ਉਸ ਸਮੇਂ ਕੀ ਬਣਦਾ ਹੈ? ਉਸ ਸਮੇਂ ਬਣਦੀ ਆ ਔਰਤ ਗਰਭ। ਇਹ ਚੀਜ਼ ਸਮਝੋ। ਤਾਂ ਇਸੇ ਤਰ੍ਹਾਂ ਸਾਡੀ ਇਹ ਚੀਜ਼ ਕੀ ਆ, ਸਾਡੀ ਜੀਨਸ ਜਿਹੜੇ ਨੇ ਇਹਨਾਂ ਦਾ। ਮੇਰੇ ਪਿਆਰੇ ਵਿਦਿਆਰਥੀਓ, ਜਿੱਥੋਂ ਤੱਕ ਮੈਨੂੰ ਲੱਗਦਾ ਕਿ ਚੀਜ਼ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ, ਬੜੇ ਜ਼ਬਰਦਸਤ ਤਰੀਕੇ ਨਾਲ ਚੀਜ਼ ਆ ਜਿਹੜੀ ਉਹ ਤੁਸੀਂ ਸਮਝ ਗਏ, ਅੰਡਰਸਟੈਂਡ ਕਰ ਗਏ ਹੋਗੇ। ਸਵਾਲ ਪੇਪਰ 'ਚ ਕਿਵੇਂ ਆਉਂਦੇ, ਕਿੰਨਾ ਕੰਪਲੀਕੇਟ ਹੋ ਕੇ ਸਵਾਲ ਆਉਂਦਾ, ਮੈਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਹੈ ਉਹ ਤੁਹਾਡੀ ਚੀਜ਼ ਦੱਸੀ ਆ। ਹੁਣ ਤੁਹਾਨੂੰ ਮੈਂ ਇੱਕ ਚੀਜ਼ ਜਿਹੜੀ ਕਰਾਉਣ ਜਾ ਰਿਹਾ, ਹੁਣ ਤੁਹਾਨੂੰ ਮੈਂ ਦੱਸਾਂਗਾ ਹੈਰੇਡਿਟੀ ਦੇ, ਜਿਹੜੀ ਹੈਰੇਡਿਟੀ ਆ ਇਹਦੇ ਲਾਓ ਦੱਸਾਂਗਾ, ਨਿਜ਼ਮ ਦੱਸਾਂਗਾ ਕਿ ਹੈਰੇਡਿਟੀ ਦੇ ਨਿਜ਼ਮ ਕੀ ਨੇ। ਠੀਕ ਹੈ, ਤਾਂ ਹੈਰੇਡਿਟੀ ਦੇ ਜਿਹੜੇ ਹੈਗੇ ਆ ਨਿਜ਼ਮ, ਲਾਓ ਦੀ ਗੱਲ ਕਰੀਏ ਅਸੀਂ, ਹੈਰੇਡਿਟੀ ਦੇ ਲਾਓ ਦੀ ਗੱਲ ਕਰੀਏ। ਤਾਂ ਹੈਰੇਡਿਟੀ ਦਾ ਲਾਓ ਆ ਸਮਾਨਤਾ ਦਾ ਨਿਜ਼ਮ ਆ, ਜਿਹੜਾ ਰਿਜ਼ੈਂਬਲਸ ਲਾਅ ਆਫ ਰਿਜ਼ੈਂਬਲ ਹੋ ਗਿਆ, ਲਾਅ ਆਫ ਵੈਰੀਏਸ਼ਨ ਦਾ ਸਿਧਾਂਤ ਹੋ ਗਿਆ, ਲਾਅ ਆਫ ਰੀਗਰੇਸ਼ਨ ਦਾ ਸਿਧਾਂਤ ਹੋ ਗਿਆ। ਠੀਕ ਹੈ, ਇਹ ਹੁਣ ਇਹ ਪੇਪਰ ਦੇ ਵਿੱਚ ਸਵਾਲ ਅੱਜ ਕੱਲ੍ਹ ਪੁੱਛੇ ਜਾ ਰਹੇ ਆ। ਪਿਛਲੀ ਵਾਰੀ ਪੀਐਸ ਟੈਟ ਪੇਪਰ 1 ਦੇ ਵਿੱਚ ਸਵਾਲ ਜਿਹੜਾ ਸੀ ਹੈਰੀਡਿਟੀ ਦੇ ਸਿਧਾਂਤਾਂ ਦਾ ਪੁੱਛਿਆ ਗਿਆ। ਪਹਿਲਾਂ ਤਾਂ ਅਸੀਂ ਹੈਰੀਡਿਟੀ ਪੜ੍ਹ ਲਈ, ਸਾਰੀ ਕੰਸੈਪਟ ਸਮਝਾਤਾ, ਬਾਇਓਲੋਜੀਕਲ ਕਿਵੇਂ ਇਫੈਕਟ ਕਰਦੀ ਮੈਂ ਸਮਝਾਤਾ, ਹੁਣ ਇਹਦੇ ਅਸੀਂ ਸਿਧਾਂਤ ਪੜ੍ਹਦੇ ਹਾਂ। ਤਾਂ ਜਦੋਂ ਅਸੀਂ ਸਿਧਾਂਤ ਪੜ੍ਹਦੇ ਹਾਂ ਤਾਂ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਪਿਆਰੇ ਬੱਚੇ ਤੁਸੀਂ ਅੰਡਰਸਟੈਂਡ ਕਰ ਗਏ ਹੋਵੋ, ਤਾਂ ਇਹ ਲਾਅ ਨੇ। ਹੁਣ ਪੇਪਰ ਦੇ ਵਿੱਚ ਆਹ ਸਵਾਲ ਵੀ ਆਉਂਦਾ ਹੈ ਕਿ ਕਿਹੜੇ ਕਿਹੜੇ ਹੈਰੀਡਿਟੀ ਦੇ ਲਾਅ ਨੇ, ਕਿਹੜੇ ਕਿਹੜੇ ਨਹੀਂ ਜੀ। ਤਾਂ ਇੱਕ ਸਵਾਲ ਪੇਪਰ ਦੇ ਵਿੱਚ ਆਇਆ ਵੀ ਹੋਇਆ ਸੀ। ਠੀਕ ਹੈ, ਤਾਂ ਉਹਦੇ ਵਿੱਚ ਜਿਵੇਂ ਕਿ 4 ਆਪਸ਼ਨਾਂ ਸੀ ਕਿ ਇਹਦੇ ਵਿੱਚੋਂ ਹੈਰੀਡਿਟੀ ਦੇ ਲਾਅ ਕਿਹੜੇ ਕਿਹੜੇ ਨੇ, 4 ਆਪਸ਼ਨ ਕਿਹੜੇ ਨਹੀਂ ਹੈਗੇ। ਐਗਜ਼ਾਮਪਲ ਦਿੱਤਾ ਹੋਇਆ ਸੀ, ਵੈਰੀਏਸ਼ਨ ਦਿੱਤਾ, ਇਰੀਗੇਸ਼ਨ ਦਿੱਤਾ ਸੀ, ਥੱਲੇ ਮੋਟੀਵੇਸ਼ਨ ਦਿੱਤਾ ਹੋਇਆ ਸੀ, ਮੋਟੀਵੇਸ਼ਨ ਸਿਧਾਂਤ ਨਹੀਂ ਹੈਗਾ। ਇਹ ਸਵਾਲ ਪੇਪਰ 'ਚ ਆਉਂਦੇ, ਅਸੀਂ ਉਡਾਉਣੇ ਆ ਸਵਾਲ ਪੇਪਰ ਦੇ ਵਿੱਚ ਕਿਵੇਂ ਆਉਂਦੇ ਆ ਇਹ ਸਾਰੀਆਂ ਚੀਜ਼ਾਂ। ਹੁਣ ਇਹਦੇ ਨਾਲ ਨਾਲ ਕੁਝ ਹੋਰ ਸਿਧਾਂਤ ਵੀ ਨੇ, ਸਵਾਲ ਸਿਧਾਂਤ ਇੱਥੇ ਖਤਮ ਨਹੀਂ ਹੋਣੇ, ਪ੍ਰਿੰਸੀਪਲ ਇੱਥੇ ਖਤਮ ਨਹੀਂ ਹੋਣੇ, ਕੁਝ ਹੋਰ ਸਿਧਾਂਤ ਵੀ ਨੇ। ਜਿਵੇਂ ਵੇਖੋ ਤੁਸੀਂ ਮੈਂਡਲ ਦਾ ਹੈਰੀਡਿਟੀ ਸਿਧਾਂਤ, ਹੁਣ ਆਹ ਪੇਪਰ ਦੇ ਵਿੱਚ ਐਸੇ ਵਾਰੀ, ਆ ਪਿੱਛੇ ਵਾਰੀ 2023 ਦੇ ਵਿੱਚ ਜਿਹੜਾ ਪੇਪਰ ਹੋਇਆ ਬੀਐਡ ਵਾਲਿਆਂ ਦਾ, ਉਹਦੇ 'ਚ ਸਵਾਲ ਆਇਆ। ਸਵਾਲ ਕੀ ਆਇਆ ਕਿ ਕਹਿੰਦੇ ਜਿਹੜੀ ਹੈਰੀਡਿਟੀ ਦੀ ਥਿਊਰੀ ਆ, ਕਹਿੰਦੀ ਹੈਰੀਡਿਟੀ ਦੀ ਥਿਊਰੀ ਆ ਇਹ ਮੇਰੇ ਪਿਆਰੇ ਵਿੱਚੋਂ ਕਹਿੰਦੀ ਦਿੱਤੀ ਹੈ, ਮੈਂਡਲ ਦੀ ਦਿੱਤੀ ਹੋਈ ਹੈ। ਆਹ ਸਵਾਲ ਐਸੇ ਵਾਰੀ ਤਾਂ ਪੁੱਛਿਆ ਗਿਆ, ਕਦੋਂ ਪੁੱਛਿਆ ਗਿਆ? ਐਸੇ ਵਾਰੀ। ਤਾਂ ਇਸੇ ਕਰਕੇ ਮੈਂ ਵਾਰ ਵਾਰ ਕਹਿ ਰਿਹਾ ਕਿ ਅਪਰੋਚ ਟੂ, ਮੈਂ ਪੇਪਰ ਪੜਾਉਣਾ ਲੈ ਕੇ ਤੁਹਾਨੂੰ ਮੈਂ ਪੇਪਰ ਤੇ ਜਾਂਦਾ ਹੁੰਦਾ ਤੇ ਕਲਾਸ ਤੁਸੀਂ ਸ਼ੇਅਰ ਨਹੀਂ ਕਰਦੇ। ਇਸੇ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਪੂਰੇ ਕੋਨੇ ਤੱਕ ਕਲਾਸ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਜਿਹੜਾ ਹੈ ਉਹ ਕਰਿਆ ਕਰੋ। ਤਾਂ ਇੰਨੀ ਗੱਲ ਤੁਸੀਂ ਅੰਡਰਸਟੈਂਡ ਕਰ ਗਏ ਕਿ ਥਿਊਰੀ ਆਫ ਹੈਰੀਡਿਟੀ ਆ ਜਿਹੜੀ ਇਹ ਮੈਂਡਲ ਨੇ ਦਿੱਤੀ। ਠੀਕ ਹੈ, ਜਿਹਨੇ ਕੀ ਆ ਮਟਰਾਂ ਦੇ ਉੱਤੇ ਜਿਹੜਾ ਐਕਸਪੈਰੀਮੈਂਟ ਕਰਕੇ ਇਸ ਚੀਜ਼ ਨੂੰ ਪ੍ਰਮੋਸ਼ਨ ਕੀਤੀ, ਇਸ ਚੀਜ਼ ਨੂੰ ਪ੍ਰਮੋਟ ਕੀਤਾ। ਨਾਲ ਨਾਲ ਹੋਰ ਥਿਊਰੀਆਂ ਵੀ ਨੇ, ਮੰਨ ਕੇ ਚੱਲੋ ਜਿਵੇਂ ਬੀ ਕੋਸ਼ ਨਿਰੰਤਰਤਾ ਦਾ ਸਿਧਾਂਤ। ਠੀਕ ਹੈ, ਕੰਟੀਨਿਊ ਜਾਂ ਬੀ ਕੋਸ਼ ਨਿਰੰਤਰਤਾ ਦਾ ਜਿਹੜਾ ਸਿਧਾਂਤ ਆ, ਕੰਟੀਨਿਊ ਜਿੱਦਾਂ ਜਿਹੜਾ ਸਿਧਾਂਤ ਆ ਬੀ ਕੋਸ਼ ਅਤੇ ਨਿਰੰਤਰਤਾ ਸਿਧਾਂਤ, ਜਿਹੜਾ ਕੀ ਆ, ਜਿਹੜਾ ਇਹ ਚੀਜ਼ ਕਹਿੰਦਾ ਕਿ ਵੰਸ਼ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਕੀ ਕਹਿੰਦਾ? ਜਿਹੜੀ ਵੰਸ਼ ਹੈ ਨਾ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਮੰਨ ਕੇ ਚੱਲੋ ਪਹਿਲਾਂ ਜਿਵੇਂ ਮਾਤਾ ਪਿਤਾ, ਉਸ ਤੋਂ ਬਾਅਦ ਮਾਤਾ ਪਿਤਾ ਤੋਂ ਬਾਅਦ ਦਾਦਾ ਦਾਦੀ ਤੋਂ ਬਾਅਦ ਅਸੀਂ ਗੱਲ ਕਹਿੰਦੇ ਪੜਦਾਦਾ ਪੜਦਾਦੀ। ਠੀਕ ਹੈ, ਪੜਦਾਦਾ ਪੜਦਾਦੀ। ਤਾਂ ਇਹ ਕਹਿੰਦਾ ਕਿ ਇਹ ਚੀਜ਼ ਮੰਨਦਾ ਕਿ ਕਹਿੰਦਾ ਕਿ ਇੱਥੋਂ ਲੈ ਕੇ ਪੜਦਾਦੇ ਤੱਕ ਹੌਲੀ ਹੌਲੀ ਲਗਾਤਾਰ ਜੀਨਸ ਚੱਲਦਾ ਹੀ ਰਹਿੰਦਾ, ਰੁਕਦਾ ਨਹੀਂ। ਤੇ ਇਹ ਸਿਧਾਂਤ ਦਿੱਤਾ ਕਿਹਨੇ ਸੀ? ਇਹ ਬੀਜਮੈਨ ਨੇ ਸਿਧਾਂਤ ਦਿੱਤਾ ਸੀ। ਕਿਹਨੇ ਦਿੱਤਾ ਸੀ? ਬੀਜਮੈਨ ਨੇ ਸਿਧਾਂਤ ਦਿੱਤਾ ਸੀ। ਤਾਂ ਇਸ ਕਰਕੇ ਹੁਣ ਜਿਵੇਂ ਤੁਹਾਡੇ ਤੋਂ ਵੇਖੋ ਚੀਜ਼ਾਂ ਨੂੰ ਅੰਡਰਸਟੈਂਡ ਕਰਨੇ ਆ। ਹੁਣ ਹਰ ਵਾਰ ਪੀਐਸ ਟੈਟ ਵਾਲਿਆਂ ਨੇ ਸੁੱਖਿਆ ਥੋੜਾ ਹੋਇਆ ਹੈ ਕਿ ਅਸੀਂ ਸਵਾਲ ਇਹਦੇ ਤੋਂ ਹੀ ਪੁੱਛਣਾ, ਮੈਂਡਲ ਤੋਂ ਹੀ ਪੁੱਛਣਾ। ਅਗਲੀ ਵਾਰੀ ਇਹ ਪੁੱਛ ਸਕਦੇ ਨੇ ਕਿ ਬੀਜਮੈਨ, ਜਾਂ ਅਸੀਂ ਗੱਲ ਕਰੀਏ ਬੀਜਮੈਨ ਦਾ ਸਿਧਾਂਤ ਕਿਹੜਾ, ਬੀਜਮੈਨ ਦਾ, ਤੇ ਤੁਸੀਂ ਕੀ ਕਹਿਣਾ? ਬੀਜਮੈਨ ਦਾ ਸਿਧਾਂਤ ਬੀਜ ਕੋਸ਼ ਨਿਰੰਤਰਤਾ ਦਾ ਸਿਧਾਂਤ ਆ ਜਿਹੜਾ ਇਹਨੇ ਦਿੱਤਾ ਸੀ। ਠੀਕ ਹੈ, ਤਾਂ ਉਸ ਤੋਂ ਬਾਅਦ ਬਾਇਓਮੈਟਰੀ ਸਿਧਾਂਤ ਜਿਹੜਾ ਹੈਗਾ, ਇਹ ਕੀ ਕਹਿੰਦਾ? ਇਹ ਕਹਿੰਦਾ ਦਾਦਾ ਦਾਦੀ ਮਾਤਾ ਪਿਤਾ ਜਿਵੇਂ ਜਿਵੇਂ ਵੰਸ਼ ਦੀ ਪੀੜ੍ਹੀ ਦੂਰ ਹੁੰਦੀ ਹੈ ਕਿ ਉਵੇਂ ਉਵੇਂ ਹੈਰੀਡਿਟੀ ਦਾ ਅਸਰ ਜਿਹੜਾ ਹੈ ਘਟਦਾ ਜਾਊਗਾ। ਤੇ ਮੇਰੇ ਪਿਆਰੇ ਬੱਚੋਂ ਇਹ ਸਿਧਾਂਤ ਕਿਹਨੇ ਦਿੱਤਾ ਸੀ? ਇਹ ਗਾਲਟਨ ਨੇ ਸਿਧਾਂਤ ਦਿੱਤਾ ਸੀ। ਕਿਹਨੇ ਦਿੱਤਾ ਸੀ? ਗਾਲਟਨ ਨੇ। ਸਵਾਲ ਪੇਪਰ ਦੇ ਵਿੱਚ ਸਵਾਲ ਪੁੱਛਿਆ ਵੀ ਜਾ ਸਕਦਾ। ਪ੍ਰਿੰਸੀਪਲ ਆਫ ਨੈਚੁਰਲ ਸਿਲੈਕਸ਼ਨ ਦਾ ਸਿਧਾਂਤ ਆ ਜਿਹੜਾ, ਨੈਚੁਰਲ ਸਿਲੈਕਸ਼ਨ ਦਾ ਜਿਹੜਾ ਸਿਧਾਂਤ ਆ, ਠੀਕ ਹੈ, ਪ੍ਰਕਿਰਤੀ ਅਨੁਸਾਰ ਵੰਸ਼ ਵੀ ਪ੍ਰਭਾਵਿਤ ਹੁੰਦਾ ਹੈ। ਤਾਂ ਇਹ ਕਿਹਨੇ ਦਿੱਤਾ ਸੀ? ਇਹ ਡਾਰਵਿਨ ਨੇ ਦਿੱਤਾ ਸੀ। ਕਿਹਨੇ ਦਿੱਤਾ ਸੀ ਮੇਰੇ ਪਿਆਰੇ ਵਿੱਚੋਂ? ਡਾਰਵਿਨ ਨੇ ਦਿੱਤਾ ਸੀ। ਪੇਪਰ 'ਚ ਇਹ ਵੀ ਸਵਾਲ ਪੁੱਛਿਆ ਜਾ ਸਕਦਾ। ਥਿਊਰੀ ਆਫ ਬੇਸਿਕ ਨੀਡਸ ਦਾ ਸਿਧਾਂਤ ਆ, ਜ਼ਰੂਰਤ ਖੋਜ ਦੀ ਜਨਨੀ ਆ। ਠੀਕ ਹੈ, ਇਹ ਥਿਊਰੀ ਆਫ ਬੇਸਿਕ ਨੀਡ ਦਾ ਜਿਹੜਾ ਸਿਧਾਂਤ ਆ,
ले मार्क ने दिता सी, ये चीजा याद रखनिया। ये सवाल पेपर दे विच आया होया है, मैं अप्रोच टू पेपर बढ़ा रहा तुहानू, ठीक है। तो इन चीज़ें तुसीं मेरे प्यारे बच्चों अंडरस्टैंड कर गए हो, गए चीज़ां समझ गए हो गए। तो ऐसे करके बायोमैट्रिक का सिद्धांत किन्ने दिता, प्रकृतिक का सिद्धांत किन्ने दिता, एवैल्यूएशन का सिद्धांत किन्ने दिता, ठीक है। उस तो बाद मैडल का जिहड़ा हैरिडिटी का सिद्धांत, थ्योरी ऑफ हैरिडिटी किन्ने दिती, मैडल ने दिती, ठीक है। तो जब मैडल ने दिती, ये चीज़ ध्यान रखनिया। प्रिंसीपल ऑफ नैचुरल सिलेक्शन का सिद्धांत होया, बायोमैट्रिक का सिद्धांत होगा, बी कुछ का सिद्धांत। हम ये सारे सिद्धांत ने, पर तीन सिद्धांत आप बड़े ज्यादा पूछे जाते हैं, ठीक है, रिजेंबल वेरिएशन ते रिग्रेशन। हम इन्हों मैं इतने माड़ा जहा चीज इतने एक्सप्लेन करता, अगे जाके दो चार थ्योरिया भी इन्हों की है, इन्होंने रिलेटेड एक दो सवाल अगे जाके है भी, मैं वो भी चीज़ दसा। सब तो पहली चीज़ तो जी है ना, जी असं समानता का अधिकार, ये तुम इतने समझ रहे हो, समानता के अधिकार का सॉरी समानता का जरा सिद्धांत, सिद्धांत उन्हें समानता का सिद्धांत मेरे प्यारे बच्चों की कहता, पहला तो यह चीज अंडरस्टैंड। ये हैरिडिटी का सिद्धांत यह कहता कि जिमें माँ प्यो बच्चा उमें देखता है। कई बार असं देखते हैं कितने जाते आते हैं, जिमें मम्मी डैडी की उन्होंने जिमें उनके प्यो की तस्वीर होंगी आ, बच्चा भी उमें देखता, प्यो की झलक पैंती पूरी, कि झलक पैंती है प्यो की झलक पैंती है पूरी। जिमें अजक ट्रेंडिंग जो मूसेवाले का डैडी है जो ट्रैक्टर चला कहते ना, मूसेवाले की झलक पैंती है। तो जो सेम प्यो की झलक पुत्र दिसे तो असं हैरिडिटी का कहड़ा सिद्धांत कहे, समानता का सिद्धांत कहे। ये गल अंडरस्टैंड करनी है। भिन्नता का सिद्धांत मेरे प्यारे बच्चों, वेरिएशन का सिद्धांत मान के चलो, प्यो तो माँ प्यो तो उल्ट कई माता पिता होंगे ने बड़े गोरे रंग होंगे, बच्चा बड़े पक्के काले रंग का हो जाता है। कई माता पिता बड़े काले रंग के होंगे, बच्चा बड़े गोरे रंग का हो जाता है। तो जो बिल्कुल भिन्न उल्ट माँ प्यो तो उल्ट हो, मेरे प्यारे बच्चों के सिद्धांत कह रहे हैं, वेरिएशन का सिद्धांत कह रहे हैं। फिर एंड लॉ ऑफ रीग्रेशन, ये एक चीज ध्यान रखियो, इन असी थोड़ी जी चीज़ ये देखते हैं कि मेरे प्यारे बच्चों ये बुद्धि का ज्यादा फर्क हो। मन के चलो जे प्यो इंटैलीजेंट है, पुत मंद बुद्धि होगा। प्यो की होगा इंटैलीजेंट होगा, पुत की आ मन बुद्धि होगा। प्यो तो इंटलैक्चुअल तौर पर उल्ट होना, यह चीज़ जी अंडरस्टैंड करनी। और अगे जाके चलो मैं इन्हों थोड़ा जा एक्सप्लेन भी किया है चीज़ों, ठीक है, आ चीज़ा तुम समझ सकते हो, ठीक है। जरा पहला सिद्धांत तुहाडे सामने मेरे प्यारे बच्चों आया है, ठीक है, समानता का अधिकार, समानता का जरा अधिकार नहीं। बार बार मेरे मुँह पॉलिटी वाली जी टॉपिक वो निकल रही है, क्योंकि मैं पॉलिटी का टीचर भी हाँ, ठीक है। तो उन्हें आर्टिकल 14 समानता का अधिकार आ, वो मैं तो बार बार मुँह च निकल आ रहा है। पर एक ही समानता का सिद्धांत आ, असल च कानून तो सिद्धांत एक चीज़ होंगे, प्रिंसीपल एक चीज, रिजेंबल का जरा सिद्धांत आ। हूँ यह की कहता है, जिवें का माँ प्यो उवें का बच्चा, आवे वो कहते कि जिस तरह का मतलब है, जिवें का माँ पिता उवें का बच्चा होगा। जे माँ प्यो सूझवान ने बच्चे भी सूझवान होणगे, ठीक है। जे माँ प्यो का कद छोटा, बच्चे का कद भी छोटा होगा। यह चीज़ तुम समझ गए हो। वेरिएशन जो है बिल्कुल उल्ट हो जाता है, लॉ ऑफ वेरिएशन आ, यह माँ प्यो तो बिल्कुल उल्ट हो जाता है। यह निजम का मतलब कि मापिया की दिख या कद कोई हो, बच्चों का एक वर्गा नहीं होंगे, एक चीज असं ये कहने। तीजा जरा सिद्धांत आ जाता है, ठीक है, रीग्रेशन का सिद्धांत। इन की होंगे कि इस सिद्धांत असं की देखते हैं, ठीक है, इन चीज़ों समझो, ठीक है। इन सिद्धांत मेरे प्यारे बच्चों चीज़ जी तुम अंडरस्टैंड करनी है, वो कहते कि यह सिद्धांत सोरेंस ने, सब तो मेन चीज़ तो यह सिद्धांत सोरेंस ने दिता से। यह पेपर के भी सवाल पूछा जा सकता है, कि दिता से सोरेंस ने, यह गल अंडरस्टैंड करनी है। तो यह सवाल, यह जरा कंसैप्ट है, ठीक है, ये की कहता है कि कहता कि यह थोड़ा जा ऑपोजिट होगा। मान के चलो पेरेंट्स स्ट्रोंग इंटैलीजेंट वाले बंदे ने ना, ठीक है, तो बच्चे जोड़े हो लैस शार्प आई क्यू वाले हो, ठीक है। तो इस करके जे असी गल करिए, बच्चे तो माता पिता एक दूजे के उल्ट होंगे, खास करके इन असं इंटैलीजेंसी जो इंटैलीजेंस की एक वापसी जो असी गल करते हैं वो इन जी शो की जाती। तो सिद्धांत किने दिता सी, सोरेंस ने दिता सी। ये चीज़ ध्यान दे, हुण तक मैं हैरिडिटी समझा चुकिया, हैरिडिटी का बायोलॉजिकल कंसैप्ट समझा चुकिया, उहदे नाल नाल मैं की आ तुहाडे सामने जिहड़ा हैगा लॉ जिहड़े ने हैरिडिटी दे, वह समझा चुकिया। हुण वारी आ जांदी है अपनी, किहदी वारी आ जांदी मेरे प्यारे बच्चो, ठीक है। तो बहुत प्यारी जी चीज़ जी मैं हुण तुहानू समझाउण जा रहा, ठीक है। तो
ख्याल रखना। हुण कोई सवाल भी लैके आया, ठीक है, उन्दे विचों कहिंदे हेठ लिखे विचों किहड़ा सिधांत विरासत दा लाउ नहीं हैगा, कहिंदे इन्हां विचों किहड़ा हैरिटेज दा लाउ नहीं हैगा। ठीक है, मैं हुण सिमिलरली दा भी हैगा, समानता दा अधिकार भी असीं पढ़ के आए, वेरिएशन दा भी पढ़ के, रिएक्शन दा भी, रिग्रेशन दा भी पढ़ के आए, तां फिर कि मोटीवेशन सिधांत तां किते है नहीं, हैरिटेज दा मोटीवेशन नाल तां कोई लैण देण नहीं, तां डी ऑप्शन सही आ जाऊगा। हुणे मैं पिछे पढ़ा के हटिया तुहाडे नाल, ठीक है, खानदानी सब तो महत्वपूर्ण भूमिका निभाउंदी है। हुण जिहड़ी खानदानी हैगी आ, ठीक है, ਇਹ ਸਭ ਤੋਂ ਵੱਧ ਜਿਹੜੀ ਭੂਮਿਕਾ ਨਿਭਾਉਂਦੀ ਆ ਉਹ ਕਿੱਥੇ ਨਿਭਾਉਂਦੀ ਆ? ਕਿ ਸਾਡੀਆਂ ਭਾਵਨਾ ਵਿਕਾਸ ਚ ਬਣਾਉਂਦੀ ਆ, ਸਮਾਜਿਕ ਵਿਕਾਸ ਚ ਬਣਾਉਂਦੀ ਆ, ਸਾਡੇ ਸਰੀਰਕ ਵਿਕਾਸ ਚ ਬਣਾਉਂਦੀ ਆ, ਇਹ ਸਭਿਆਚਾਰ ਚ। ਹੁਣ ਹੈਰੀਡਿਟੀ ਭੂਮਿਕਾ ਤਾਂ ਸਾਰੇ ਪਾਸੇ ਨਿਭਾਉਂਦੀ ਆ, ਉਹ ਸਾਡੇ ਇਮੋਸ਼ਨ ਡਿਵੈਲਪਮੈਂਟ ਤੇ ਵੀ ਬਣਾਉਂਦੀ ਆ, ਕਈ ਵਾਰੀ ਜਿਵੇਂ ਦੇ ਮਾਂ ਪਿਓ ਇਮੋਸ਼ਨ ਹੋਣਗੇ ਬੱਚੇ ਵੀ ਹੋਣਗੇ, ਉਹ ਸੋਸ਼ਲੀ ਵੀ ਸਾਰੀ, ਪਰ ਸਭ ਤੋਂ ਵੱਧ ਜਿਹੜਾ ਉਹਨਾਂ ਦਿੱਤਾ ਉਹ ਫਿਜ਼ੀਕਲ ਦਿੱਤਾ, ਕਿਉਂਕਿ ਜ਼ਿਆਦਾ ਦਿੱਖ ਜਿਹੜੀ ਸਾਨੂੰ ਹੈਰੀਡਿਟੀ ਦੀ ਮਾਂ ਪਿਓ ਦੇ ਲੱਛਣ ਸਾਡੇ ਉਹ ਫਿਜ਼ੀਕਲ ਸਟਰਕਚਰ ਦਿੰਦੇ ਆ, ਅਸੀਂ ਸ਼ਕਲ ਤੋਂ, ਚੱਲਣ ਦੇ ਤਰੀਕੇ ਤੋਂ, ਬੋਲਣ ਦੇ ਤਰੀਕੇ ਤੋਂ, ਖੜਨ ਦੇ ਤਰੀਕੇ ਤੋਂ ਜੱਜ ਕਰ ਲੈਂਦੇ ਕਿ ਅੱਜ ਦਾ ਬੇਟਾ। ਆਹ ਗੱਲ ਅੰਡਰਸਟੈਂਡ ਕਰਨੀ ਆ, ਇਹ ਚੀਜ਼ ਤੁਸੀਂ ਮੇਰੇ ਪਿਆਰੇ ਬੱਚਿਓ ਸਮਝਣੀ ਹੈ, ਤਾਂ ਇੰਨੀ ਗੱਲ ਜਿਹੜੀ ਤੁਸੀਂ ਅੰਡਰਸਟੈਂਡ ਕਰ ਗਏ ਹੋਗੇ। ਹੁਣ ਆ ਗਿਆ ਇਨਵਾਇਰਮੈਂਟ, ਹੁਣ ਕੀ ਚੀਜ਼ ਆ ਗਈ? ਇਨਵਾਇਰਮੈਂਟ, ਹੈਰੀਡਿਟੀ ਪੜ੍ਹਾਈ। ਹੁਣ ਮਨੁੱਖ ਜਾਂ ਬੱਚੇ ਦੇ ਵਿਕਾਸ ਤੇ, ਬਾਲ ਵਿਕਾਸ ਦੇ ਉੱਤੇ ਦੋ ਚੀਜ਼ਾਂ ਅਸਰ ਕਰਦੀਆਂ ਨੇ, ਇੱਕ ਚੀਜ਼ ਅਸਰ ਕਰਦੀ ਹੈ ਹੈਰੀਡਿਟੀ, ਦੂਜੀ ਕਰਦੀ ਹੈ ਇਨਵਾਇਰਮੈਂਟ। ਹੁਣ ਇਨਵਾਇਰਮੈਂਟ ਕੀ ਚੀਜ਼ ਆ? ਮੰਨ ਕੇ ਚੱਲੋ ਕੋਈ ਇੱਕ ਬੱਚਾ ਪੈਦਾ ਹੋਇਆ, ਮੰਨ ਕੇ ਚੱਲੋ ਆ ਬੱਚਾ ਪੈਦਾ ਹੋਇਆ, ਹੁਣ ਇਨਵਾਇਰਮੈਂਟ ਬਾਰੇ ਮੈਂ ਦੋ ਤਿੰਨ ਚੀਜ਼ਾਂ ਤੇ ਦੱਸਦਾ। ਵਾਤਾਵਰਣ ਦੇ ਉੱਤੇ ਇੱਕ ਚੀਜ਼ ਆ ਕਿ ਅਸੀਂ ਕਿਸੇ ਬੱਚੇ ਨੂੰ ਇੱਕ ਚੰਗਾ ਵਾਤਾਵਰਣ, ਮੰਨ ਕੇ ਚੱਲੋ ਵਾਤਾਵਰਣ ਦਾ ਮਤਲਬ ਜਿਹੋ ਜਿਹੀ ਸੰਗਤ, ਠੀਕ ਹੈ, ਜਿਹੋ ਜਿਹੀ ਸੰਗਤ, ਉਹੋ ਜਿਹੀਆਂ ਹਰਕਤਾਂ। ਕਹਿੰਦੇ ਨਾ ਆਪਾਂ ਆਪਣੇ ਬੱਚੇ ਮਾਂ ਪਿਓ ਕਹਿੰਦੇ ਸੰਗਤ ਨੂੰ ਇੱਥੇ ਚੰਗੀ ਰੱਖਿਆ ਕਰੋ, ਵਾਕਈ ਚੰਗੀ ਰੱਖਿਆ, ਕਿਉਂਕਿ ਚੰਗੀ ਸੰਗਤ ਦੇ ਨਾਲ ਸਾਡਾ ਜਿਵੇਂ ਦਾ ਸਾਡਾ ਵਾਤਾਵਰਣ ਹੋਊਗਾ ਉਵੇਂ ਦੀ ਸਾਡਾ ਪਾਲਣ ਪੋਸ਼ਣ ਹੋਊਗਾ, ਉਵੇਂ ਹੀ ਸਾਡਾ ਡਿਵੈਲਪਮੈਂਟ ਵਧੇ ਘਟੇਗਾ। ਹੁਣ ਇੱਕ ਚੀਜ਼ ਹੈਗੀ ਆ ਕਿ ਅਸੀਂ ਇੱਕ ਚੀਜ਼ ਵੇਖਦੇ ਹਾਂ ਕਿ ਜਿਵੇਂ ਵਾਤਾਵਰਣ ਵਾਲੇ ਜਿਹੜੇ ਵਿਵਹਾਰਵਾਦੀ ਸੀ ਨਾ, ਜਿਵੇਂ ਜੇ ਵੀ ਵਾਟਸਨ ਹਰੀ ਹੈਗੇ ਸੀ, ਵਿਵਹਾਰਵਾਦੀ ਦੀ ਅਸੀਂ ਗੱਲ ਕਰਦੇ ਹਾਂ, ਜਿਹਨਾਂ ਨੂੰ ਅਸੀਂ ਬਿਹੇਵੀਅਰ ਲਿਸਟ ਕਹਿੰਦੇ ਹਾਂ, ਕੀ ਕਹਿੰਦੇ? ਅਸੀਂ ਬਿਹੇਵੀਅਰ ਲਿਸਟ ਕਹਿੰਦੇ ਹਾਂ। ਹੁਣ ਜੇ ਵੀ ਵਾਟਸਨ ਖੁਦ ਕਹਿੰਦੇ ਸੀ ਮੈਨੂੰ ਦੁੱਧ ਪੀਂਦੇ 4-5 ਬੱਚੇ ਦੇ ਦਿਓ, ਜਿਵੇਂ ਦਾ ਤੁਸੀਂ ਕਹੋਗੇ ਮੈਂ ਉਹੋ ਜਿਹਾ ਬਣਾ ਦੂੰਗਾ, ਉਹ ਕੀ ਦੇ ਕੇ ਬਣਾਵੇਗਾ? ਇਨਵਾਇਰਮੈਂਟ ਦੇ ਕੇ ਬਣਾਵੇਗਾ। ਮੰਨ ਕੇ ਚਲੋ ਆਪਾਂ 5-7 ਬੱਚੇ ਲੈ ਆਉਣੇ ਆ, ਠੀਕ ਹੈ, ਛੋਟੇ ਛੋਟੇ ਬੱਚੇ ਲੈ ਆਉਣੇ, ਉਹਨਾਂ ਨੂੰ ਆਪਾਂ ਇਨਵਾਇਰਮੈਂਟ ਚੰਗਾ ਦੇ ਦੇਣੇ, ਮੰਨ ਉਹਨਾਂ ਨੂੰ ਸ਼ੁਰੂ ਤੋਂ ਹੀ ਜੰਮੇ ਤੋਂ UPSC PCS ਦੀਆਂ ਤਿਆਰੀਆਂ ਕਰਾਉਣੇ ਆ, ਚੰਗਾ ਇਨਵਾਇਰਮੈਂਟ ਦਿੰਦੇ ਹਾਂ, ਸਾਰਾ ਕੁਛ ਚੰਗੀਆਂ ਚੀਜ਼ਾਂ ਪ੍ਰੋਵਾਈਡ ਕਰਾਉਣੇ, ਚੰਗੀ ਡਾਇਟ, ਚੰਗਾ ਖਾਣ ਨੂੰ, ਚੰਗੇ ਅਧਿਆਪਕ, ਚੰਗੇ ਟੀਚਰ, ਡਿਵੈਲਪਮੈਂਟ ਕਰੂਗਾ ਕਿ ਨਹੀਂ ਕਰੂਗਾ? ਭਾਵੇਂ ਉਹ ਕਿੱਡੇ ਮਰਜ਼ੀ ਮਾੜੇ ਘਰ ਚੋਂ ਹੋਵੇ, ਕਿਹੜੀ ਮਰਜ਼ੀ ਹੈਰੀਡਿਟੀ ਹੁੰਦੇ, ਉਹਦੇ ਮਾਂ ਪਿਓ ਨੇ ਇੱਕ 0 ਨਾ ਪੜਿਆ ਹੋਵੇ। ਐਸੇ ਕਰਕੇ ਹੈਰੀਡਿਟੀ ਦੇ ਇਨਵਾਇਰਮੈਂਟ ਬੱਚੇ ਦੇ ਵਿਕਾਸ ਵਿੱਚ ਦੋਵੇਂ ਵੱਡਾ ਅਸਰ ਦਿਖਾਉਂਦੇ। ਤਾਂ ਇਸੇ ਕਰਕੇ ਚਲੋ ਅਸੀਂ ਇਹਨੂੰ ਸਮਝਦੇ ਹਾਂ, ਵਾਤਾਵਰਣ ਸਾਡੇ ਆਲੇ ਦੁਆਲੇ ਦੇ ਸਾਰੇ ਪਹਿਲੂ ਸ਼ਾਮਿਲ ਹੁੰਦੇ, ਜਿਵੇਂ ਜੀਨਸ ਨੂੰ ਛੱਡ ਕੇ, ਤੇ ਇਹ ਕਾਰਕ ਵਿਅਕਤੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ, ਬਿਲਕੁਲ ਵਿਅਕਤੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ। ਵਾਤਾਵਰਣ ਕਈ ਕਿਸਮ ਦੀਆਂ ਸ਼ਕਤੀਆਂ ਸ਼ਾਮਿਲ ਹੁੰਦੀਆਂ, ਜਿਵੇਂ ਕਿ ਸਰੀਰਕ, ਸਮਾਜਿਕ, ਨੈਤਿਕ, ਸੱਭਿਆਚਾਰਕ ਤੇ ਭਾਵਨਾਤਮਿਕ। ਤੇ ਅਧਿਆਪਕਾਂ ਨੂੰ ਚਾਹੀਦਾ ਕਿ ਵਧੀਆ ਮਾਹੌਲ ਬਣਾ ਕੇ ਦੇਵੇ। ਹੁਣ ਤੁਹਾਨੂੰ ਇਹ ਚੀਜ਼ਾਂ ਤਾਂ ਬਣਾਉਂਦੇ ਹਾਂ ਕਿ ਜਦੋਂ ਬੱਚਾ ਸਕੂਲ 'ਚ ਆਵੇ ਤਾਂ ਉਹਨੂੰ ਇੱਕ ਅੱਛਾ ਇਨਵਾਇਰਮੈਂਟ ਦਿਓ, ਜਿਹਦੇ ਵਿੱਚ ਉਹਦਾ ਡਿਵੈਲਪਮੈਂਟ ਹੋ ਸਕੇ, ਉਹਦਾ ਵਿਕਾਸ ਹੋ ਸਕੇ। ਇਹ ਚੀਜ਼ ਤੁਸੀਂ ਅੰਡਰਸਟੈਂਡ ਕਰਨੀ ਆ। ਤਾਂ ਇਸੇ ਕਰਕੇ ਇਹ ਚੀਜ਼ ਕੀ ਹੋ ਗਿਆ? ਇਨਵਾਇਰਮੈਂਟ ਤੇ ਪਲੱਸ ਹੈਰੀਡਿਟੀ। ਇੱਕ ਹੋਰ ਡਿਬੇਟ ਜਿਹੜੀ ਅਸੀਂ ਕਰਦੇ ਹਾਂ ਇਹਦੇ ਵਿੱਚ, ਚਲੋ ਇਹਦੇ ਵਿੱਚ ਇੱਕ, ਚਲੋ ਆਹ ਛੋਟੀ ਜਿਹੀ ਚੀਜ਼ ਆ, ਮੈਂ ਇੱਕ ਮਿੰਟ ਦੇ ਵਿੱਚ ਕਰ ਦੇਣਾ, ਜਿਹੜੀ ਟਵਿੰਸ ਦੇ ਉੱਤੇ ਹੋਊ। ਟਵਿੰਸ ਦੇ ਉੱਤੇ ਤਾਂ ਅਸੀਂ ਜਿਹੜੇ ਜੁੜਵਾ ਬੱਚੇ ਪੈਦਾ ਹੁੰਦੇ ਆ, ਪਰ ਉਹਦੇ ਤੋਂ ਪਹਿਲਾਂ ਮੈਂ ਇੱਕ ਚੀਜ਼ ਇਹਦੇ ਤੋਂ ਪਹਿਲਾਂ ਇੱਕ ਚੀਜ਼ ਹੋਰ ਇਨਵਾਇਰਮੈਂਟ ਤੇ ਹੈਰੀਡਿਟੀ ਸਮਝਾ ਦੇਣਾ, ਇੱਕ ਛੋਟੀ ਜੀ। ਹੈਰੀਡਿਟੀ ਤੇ ਇਨਵਾਇਰਮੈਂਟ, ਇਹ ਦੋਵੇਂ ਕੀ ਆ? ਇੱਕ ਤਾਂ ਪੇਪਰ 'ਚ ਸਵਾਲ ਆ ਜੇ ਕਿ ਬੱਚੇ ਦੇ ਵਿਕਾਸ ਨੂੰ ਪ੍ਰਭਾਵਿਤ ਹੈਰੀਡਿਟੀ ਕਰਦੀ ਕਿ ਇਨਵਾਇਰਮੈਂਟ, ਤੁਸੀਂ ਕਹਿੰਦੇ ਦੋਵੇਂ ਚੀਜ਼ਾਂ ਕੀ ਕਰਦੀਆਂ ਨੇ? ਦੋਵੇਂ ਚੀਜ਼ਾਂ ਕਰਦੀਆਂ ਨੇ। ਇਹ ਚੀਜ਼ ਅੰਡਰਸਟੈਂਡ ਕਰਨੀ ਹੈ। ਤੇ ਹੁਣ ਮੈਂ ਇੱਕ ਚੀਜ਼ ਹੋਰ ਤੁਹਾਡੇ ਵਾਸਤੇ ਲੈ ਕੇ ਆ ਰਿਹਾ, ਤਾਂ ਉਹ ਚੀਜ਼ ਕਿਹੜੀ ਮੇਰੇ ਪਿਆਰੇ ਵਿੱਚ ਲੈ ਕੇ ਆਇਆ? ਮੈਂ ਲੈ ਕੇ ਆ ਰਿਹਾ ਇਨਵਾਇਰਮੈਂਟ, ਇਨਵਾਇਰਮੈਂਟ, ਠੀਕ ਹੈ, ਇਹ ਗੱਲ ਜਿਹੜੀ ਆ ਇਹ ਖਿਆਲ ਵਿੱਚ ਰੱਖਿਓ। ਤਾਂ ਇਨਵਾਇਰਮੈਂਟ ਤੇ ਹੈਰੀਡਿਟੀ ਦੇ ਵਿੱਚ ਇੱਕ ਆਉਂਦਾ ਹੈ, ਇਹ ਨੈਚੁਰਲ ਆ। ਇਹ ਕੀ ਆ? ਨੈਚੁਰਲ ਆ, ਇੱਕ ਡਿਬੇਟ ਆ, ਨੈਚੁਰਲ, ਠੀਕ ਹੈ, ਜਾਂ ਨੇਚਰ ਪਲੱਸ, ਨੇਚਰ ਪਲੱਸ ਨਰਚਰ, ਠੀਕ ਹੈ, ਨਰਚਰ ਦੀ, ਤਾਂ ਇਹ ਇੱਕ ਡਿਬੇਟ ਨਰਚਰ ਪਲੱਸ ਨੇਚਰ ਦੀ ਜਿਹੜੀ ਅਸੀਂ ਗੱਲ ਕਰੀਏ, ਜੇ ਪੰਜਾਬੀ ਦੇ ਵਿੱਚ ਅਸੀਂ ਗੱਲ ਕਰੀਏ, ਪੋਸ਼ਣ ਪਲੱਸ ਕੁਦਰਤ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਜਿਹੜੀ ਹੈਰੀਡਿਟੀ ਹੁੰਦੀ ਨਾ, ਇਹ ਕੁਦਰਤੀ ਹੁੰਦੀ ਆ, ਇਹ ਸਾਨੂੰ ਕੁਦਰਤ ਵੱਲੋਂ ਮਿਲਦੀ ਹੈ, ਤੇ ਪੋਸ਼ਣ ਜਿਹੜਾ ਹੁੰਦਾ ਹੈ ਇਹ ਸਾਡੇ ਦੁਆਰਾ ਦਿੱਤਾ ਜਾਂਦਾ ਹੈ।
ਕਿਹਦੇ ਦੁਆਰਾ ਦਿੱਤਾ ਜਾਂਦਾ? ਸਾਡੇ ਦੁਆਰਾ ਦਿੱਤਾ ਜਾਂਦਾ। ਇਹ ਚੀਜ਼ ਜਿਹੜੀ ਆ ਤੁਸੀਂ ਅੰਡਰਸਟੈਂਡ ਕਰਨੀ ਹੈ, ਠੀਕ ਹੈ? ਪਹਿਲੀ ਗੱਲ ਤਾਂ ਤੁਸੀਂ ਇਹ ਅੰਡਰਸਟੈਂਡ ਕਰਕੇ, ਤਾਂ ਇਹ ਕਿਹਦੇ ਦੁਆਰਾ? ਇਹ ਠੀਕ ਹੈ, ਤਾਂ ਇਹ ਕੀ ਆ? ਕੁਦਰਤੀ ਹੁੰਦਾ ਹੈ, ਇਹ ਪੋਸ਼ਣ ਦੁਆਰਾ ਦਿੱਤੀ ਜਾਂਦੀ, ਠੀਕ ਹੈ। ਦੂਜੀ ਚੀਜ਼ ਇਹ ਸਟੈਟਿਕ ਹੁੰਦੀ ਆ, ਹੈਰੀਡਿਟੀ ਸਟੈਟਿਕ ਹੁੰਦੀ ਆ। ਸਟੈਟਿਕ ਦਾ ਮੀਨਿੰਗ ਤੁਸੀਂ ਅੰਡਰਸਟੈਂਡ ਕਰਦੇ ਹੋ, ਮੰਨ ਕੇ ਚੱਲੋ ਜਿਸ ਤਰੀਕੇ ਦੀ। ਸਟੈਟਿਕ ਦਾ ਮੀਨਿੰਗ ਕੀ ਹੁੰਦਾ ਹੈ? ਹੁਣ ਕਦੇ ਵੀ ਹੈਰੀਡਿਟੀ ਨੂੰ ਬਦਲਿਆ ਜਾ ਸਕਦਾ ਹੈ? ਮੰਨ ਕੇ ਚੱਲੋ ਜੋ ਮਾਤਾ ਪਿਤਾ ਦੇ ਲੱਛਣ, ਮੰਨ ਕੇ ਚੱਲੋ ਕੱਦ ਤੁਹਾਡਾ ਛੋਟਾ ਹੈ ਜਾਂ ਕੋਈ ਚੀਜ਼ ਹੈ ਜਿਹੜੀ ਤੁਹਾਡੇ ਮਾਤਾ ਪਿਤਾ ਤੁਹਾਨੂੰ ਮਿਲਦੀ ਹੈ, ਉਹ ਸਟੈਟਿਕ ਹੁੰਦੀ, ਉਹਨੂੰ ਅਸੀਂ ਚੇਂਜ ਕਰ ਨਹੀਂ ਸਕਦੇ। ਪਰ ਅਸੀਂ ਇਨਵਾਇਰਮੈਂਟ ਜਿਹੜਾ ਹੈਗਾ ਮੇਰੇ ਪੈਰੇ ਵਿੱਚ, ਇਹ ਚੇਂਜੇਬਲ ਆ, ਇਨਵਾਇਰਮੈਂਟ ਨੂੰ ਅਸੀਂ ਜੀ ਹੈ ਚੇਂਜ ਕਰ ਸਕਦੇ ਹਾਂ, ਇਹ ਪਰਿਵਰਤਨਸ਼ੀਲ ਆ, ਇਹ ਗਤੀਸ਼ੀਲ ਆ, ਇਹਨੂੰ ਬਦਲਿਆ ਜਾ ਸਕਦਾ। ਮੰਨ ਕੇ ਚੱਲੋ ਇੱਕ ਇਨਵਾਇਰਮੈਂਟ ਦੇ ਵਿੱਚ ਬੱਚੇ ਦਾ ਵਿਕਾਸ ਨਹੀਂ ਹੋ ਰਿਹਾ, ਉਹਨੂੰ ਚੇਂਜ ਕਰ ਦਾਂਗੇ ਅਸੀਂ, ਠੀਕ ਹੈ। ਇਹ ਐਂਟਰਾ ਜਿਹੜੀ ਇਹ ਇਹ ਗੱਲ ਕਹਿੰਦੀ, ਇਹ ਐਂਟਰਾ ਹੁੰਦਾ ਹੈ, ਤਾਂ ਇਹ ਜਿਹੜਾ ਹੁੰਦਾ ਹੈ ਇਹ ਥੱਲੇ ਇਟਰਨਲ ਹੁੰਦਾ ਹੈ, ਤੇ ਇਹ ਐਕਸਟਰਨਲ ਹੁੰਦਾ ਹੈ, ਇਹ ਇੰਟਰ ਹੁੰਦਾ ਹੈ। ਅਸੀਂ ਮੰਨ ਕੇ ਚੱਲੋ ਜਿਹੜਾ ਇਨਵਾਇਰਮੈਂਟ ਹੈ ਕਿਸੇ ਵਾਤਾਵਰਣ ਆਸੇ ਪਾਸੇ ਸਮਾਜ ਦਾ ਘੁਲ ਕੇ ਪ੍ਰਾਪਤ ਕਰਦੇ। ਹੈਰੀਡਿਟੀ ਦਾ ਅਸਰ ਜਿਹੜਾ ਹੈਗਾ ਹੈ, ਇਹ ਜੀਨ ਪਿਆਜੇ ਜਿਹੜਾ ਹੈਗਾ, ਜੀਨ ਪਿਆਜੇ ਇਹਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦਾ ਹੈ, ਕਹਿੰਦਾ ਕਿ ਹੈਰੀਡਿਟੀ ਦਾ ਬਹੁਤ ਅਸਰ ਰਹਿੰਦਾ ਹੈ, ਤੇ ਇਹਨੂੰ ਵੈਗੋਸਕੀ ਕਰਦਾ ਹੈ। ਵੈਗੋਸਕੀ ਕਹਿੰਦਾ ਹੈ ਕਿ ਜਿਹੜਾ ਅਸੀਂ ਇਨਵਾਇਰਮੈਂਟ ਹੈਗਾ, ਠੀਕ ਹੈ, ਉਹ ਬਹੁਤ ਵੱਡਾ ਅਸਰ ਆ ਜਿਹੜਾ ਉਹ ਅਦਾ ਕਰਦਾ ਹੈ। ਇਹ ਚੀਜ਼ ਤੁਸੀਂ ਸਮਝਣੀ, ਠੀਕ ਹੈ। ਇਸੇ ਕਰਕੇ ਫਰਕ ਤੁਸੀਂ ਇਨਵਾਇਰਮੈਂਟ ਵਾਲਾ ਤੇ ਸਮਝ ਕੇ ਹੋਗੇ ਕਿ ਜਿਵੇਂ ਅਸੀਂ ਕੱਲ੍ਹ ਕੁਝ ਬੱਚੇ ਆ ਉਹਨਾਂ ਨੂੰ ਚੰਗਾ ਇਨਵਾਇਰਮੈਂਟ ਦੇ ਕੇ, ਚੰਗੀ ਸੰਗਤ ਦੇ ਕੇ ਉਹਨਾਂ ਜਿਹੜਾ ਵਿਕਾਸ ਅਸੀਂ ਕਰ ਸਕਦੇ। ਇਸ ਕਰਕੇ ਕੱਲ੍ਹ ਸਕੂਲ ਦੇ ਵਿੱਚ ਜਾਣਾ ਤੁਹਾਡਾ ਮੀਨਿੰਗ, ਤੁਹਾਡਾ ਮਤਲਬ ਹੀ ਬਣਦਾ ਕਿ ਚੰਗਾ ਤੁਸੀਂ ਸਾਰਾ ਕੁਝ ਦੇ ਕੇ ਬੱਚੇ ਦਾ ਜਿਹੜਾ ਹੈ ਉਹ ਡਿਵੈਲਪਮੈਂਟ ਕਰ ਸਕਦੇ। ਇਹ ਚੀਜ਼ ਤੁਸੀਂ ਅੰਡਰਸਟੈਂਡ ਕਰਨੀ ਆ। ਤੇ ਉਸ ਤੋਂ ਬਾਅਦ ਇੱਕ ਚੀਜ਼ ਆ ਗਿਆ, ਅਸੀਂ ਟਵਿੰਸ ਦੀ ਗੱਲ ਕਰਦੇ ਹਾਂ, ਜੋੜੇ ਕੋਈ ਜਿਹੜੇ ਬੱਚੇ ਜੋੜੇ ਹੁੰਦੇ ਆ ਉਹ ਕਿਵੇਂ ਹੁੰਦੇ ਆ? ਇੱਕ ਦੋ ਸਵਾਲ ਪੀਟੈਟ, ਸੀ ਟੈਟ, ਐਚ ਟੈਟ, ਯੂਪੀ ਟੈਟ, ਸੁਪਰ ਟੈਟ ਸਾਰਿਆਂ ਦੇ ਵਿੱਚ ਪੁੱਛੇ ਜਾ ਰਹੇ, ਤਾਂ ਤੁਹਾਨੂੰ ਪਤਾ ਹੀ ਹੈ ਜਿਹੜੇ ਬੱਚੇ ਪੈਦਾ ਹੁੰਦੇ, ਜੋੜੇ ਬੱਚੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ, ਉਹ ਦੋ ਤਰ੍ਹਾਂ ਦੇ, ਇੱਕ ਤਾਂ ਹੁੰਦੇ ਆ ਆਇਡੈਂਟੀਕਲ ਟਵਿੰਸ ਤੇ ਇੱਕ ਫਟਰਨਲ ਟਵਿੰਸ। ਕਿਹੜੇ ਹੁੰਦੇ ਆ? ਫਟਰਨਲ ਟਵਿੰਸ ਦੋ ਤਰ੍ਹਾਂ ਦੇ ਹੁੰਦੇ ਆ ਪੇਪਰ ਦੇ ਵਿੱਚ। ਪਹਿਲੀ ਗੱਲ ਤਾਂ ਤੁਸੀਂ ਇਹ ਧਿਆਨ ਦੇ ਵਿੱਚ, ਜਿਹੜੇ ਜੋੜੇ ਨੇ ਟਵਿੰਸ ਨੇ, ਟਵਿੰਸ ਉਹ ਕਿੰਨੇ ਹੁੰਦੇ ਆ? ਫਟਰਨਲ ਟਵਿੰਸ ਤੇ ਆਇਡੈਂਟੀਕਲ ਟਵਿੰਸ ਦੋ ਤਰ੍ਹਾਂ ਦੇ ਹੁੰਦੇ। ਜਿਹੜੇ ਆਇਡੈਂਟੀਕਲ ਟਵਿੰਸ ਹੁੰਦੇ ਆ ਨਾ, ਇਹ ਕੀ ਆ? ਇਹ ਇੱਕੋ ਸਪਰਮ ਤੇ ਇੱਕ ਹੀ ਓਵਮ ਐਗ ਦੇ ਨਾਲ ਜਾਂ ਇੱਕ ਹੀ ਅੰਡ ਕੋਸ਼ ਦੇ ਵਿੱਚ ਪੈਦਾ ਹੁੰਦੇ ਨੇ, ਇੱਕੋ ਜਿਹੇ ਜੋੜਵੇਂ ਬੱਚੇ ਹੁੰਦੇ ਨੇ, ਦੂਜੇ ਨਾਲ ਮਿਲਦੇ ਜੁਲਦੇ ਨੇ ਤੇ ਲਗਾਤਾਰ ਇੱਕੋ ਜਿਹੀਆਂ ਰੁਚੀਆਂ ਰੱਖਦੇ ਨੇ, ਇੱਕੋ ਹੀ ਲਿੰਗ ਹੁੰਦਾ। ਮੰਨ ਕੇ ਚੱਲੋ ਦੋ ਚੀਜ਼ਾਂ ਨੇ, ਇੱਕ ਚੀਜ਼ ਧਿਆਨ ਦੇ ਵਿੱਚ ਰੱਖਣੀ, ਮੈਂ ਇਹਦੇ ਵਿੱਚ ਆਰਾਮ ਦੇ ਨਾਲ ਸਿੰਪਲ ਜਿਹੀ ਚੀਜ਼ਾਂ ਨਾਲ ਸਮਝਾਉਂ। ਉਹ ਕੀ ਆ? ਜਿਹੜੇ ਮੇਰੇ ਪਿਆਰੇ ਬੱਚੋਂ ਟਵਿੰਸ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ, ਜਿਹੜੇ ਆਇਡੈਂਟੀਕਲ ਟਵਿੰਸ ਹੁੰਦੇ ਆ। ਕਿਹੜੇ? ਆਇਡੈਂਟੀਕਲ। ਹੁਣ ਆਇਡੈਂਟੀਕਲ ਟਵਿੰਸ ਕਿਹੜੇ ਹੁੰਦੇ ਨੇ? ਠੀਕ ਹੈ, ਇਹਨਾਂ ਦੇ ਵਿੱਚ ਅਸੀਂ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਖਾਸ ਕਰਕੇ ਧਿਆਨ ਵਿੱਚ ਰੱਖਣੀ ਆਇਡੈਂਟੀਕਲ ਦੀਆਂ, ਆਇਡੈਂਟੀਕਲ ਟਵਿੰਸ ਦੇ ਵਿੱਚ। ਆਇਡੈਂਟੀਕਲ ਟਵਿੰਸ ਜਿਹੜੇ ਹੁੰਦੇ ਨੇ ਇਹਨਾਂ ਦੇ ਵਿੱਚ ਵਨ ਸੰਪਰਮ, ਇੱਕੋ ਵਨ ਸੰਪਰਮ, ਇੱਕੋ ਹੀ ਸੰਪਰਮ ਹੁੰਦਾ ਹੈ। ਠੀਕ, ਇੱਕੋ ਹੀ ਸੰਪਰਮ ਹੁੰਦਾ, ਕਿਉਂਕਿ ਹੁਣ ਤੁਹਾਨੂੰ ਇੰਨੀ ਚੀਜ਼ ਤਾਂ ਪਿੱਛੇ ਸਮਝ ਲੱਗ ਗਈ ਹੋਣੀ ਹੈ ਕਿ ਇੰਨੀ ਚੀਜ਼ ਤਾਂ ਤੁਸੀਂ ਪਿੱਛੇ ਅੰਡਰਸਟੈਂਡ ਕਰ ਗਏ, ਕਰ ਹੀ ਗਏ ਹੋਵੇ। ਸੰਪਰਮ ਤੇ ਓਮਮ ਆਂਡੇ ਦੇ ਵਿੱਚ ਫਰਟੀਲਾਈਜ਼ ਹੋਣ ਕਰਕੇ ਬੱਚਾ ਪੈਦਾ ਹੁੰਦਾ, ਤਾਂ ਇਹਦੇ ਵਿੱਚ ਵਨ ਇੱਕੋ ਸੁਪਰਮ ਤੇ ਇੱਕੋ ਹੀ ਓਵਮ ਹੁੰਦਾ ਹੈ। ਤਾਂ ਇਹ ਚੀਜ਼ ਇੱਕ ਹੀ ਆਂਡਾ ਜਿਹੜਾ ਹੁੰਦਾ ਹੈ, ਇਹ ਚੀਜ਼ ਤਾਂ ਤੁਸੀਂ ਅੰਡਰਸਟੈਂਡ ਕਰ ਦਿਓ ਇਹਦੇ ਵਿੱਚ, ਠੀਕ ਹੈ, ਕਿਹਦੇ ਵਿੱਚ? ਆਇਡੈਂਟੀਕਲ ਦੇ ਵਿੱਚ। ਦੂਜੀ ਗੱਲ, ਆਇਡੈਂਟੀਕਲ ਦੇ ਵਿੱਚ ਜਿਹੜੇ ਹੈਗੇ ਨੇ ਬੱਚੇ ਦਾ ਜਿਹੜਾ ਲਿੰਗ ਆ, ਸੈਕਸ ਆ ਬੱਚੇ ਦਾ, ਮੰਨ ਕੇ ਚੱਲੋ ਉਹ ਕੀ ਰਹੇਗਾ? ਸੇਮ ਰਹੂਗਾ। ਮੰਨ ਕੇ ਚੱਲੋ ਜੇ ਤਾਂ ਬੋਇਸ ਆ ਤਾਂ ਕੀ ਹੋਵੇਗਾ? ਦੋਵੇਂ ਬੋਇਸ ਹੋਣਗੇ। ਜੇ ਅਸੀਂ ਗੱਲ ਕਰੀਏ ਗਰਲ ਆ ਤਾਂ ਦੋਵੇਂ ਕੀ ਨੇ? ਗਰਲ ਹੋਣਗੀਆਂ। ਜਿਹੜਾ ਅਸੀਂ ਗੱਲ ਕਰਦੇ ਹਾਂ ਜਾਂ ਗਰਲ ਗਰਲ ਜਾਂ ਬੋਆਏ ਬੋਆਏ ਹੋਵੇਗਾ, ਲਿੰਗ ਆ ਜਿਹੜਾ ਉਹ ਸੇਮ ਰਹੂਗਾ। ਉਹਨਾਂ ਦੀ ਸ਼ਕਲ, ਫੇਸ ਆ ਜਿਹੜਾ ਉਹ ਵੀ ਸੇਮ ਰਹੂਗਾ, ਫੇਸ ਵੀ ਸੇਮ ਰਹੂਗਾ। ਉਹਨਾਂ ਦੀਆਂ ਜਿਹੜੀਆਂ ਹੈਬਿਟ ਨੇ ਉਹ ਵੀ ਕੀ ਨੇ? ਸੇਮ ਰਹਿਣਗੇ, ਹੈਬਿਟ ਵੀ ਸੇਮ ਰਹਿਣਗੇ। ਤੇ ਉਹਨਾਂ ਦਾ ਬਲੱਡ ਗਰੁੱਪ ਵੀ ਜਿਹੜਾ ਮੇਰੇ ਪਿਆਰੇ ਬੱਚਿਓ, ਬਲੱਡ ਗਰੁੱਪ ਉਹ ਵੀ ਸੇਮ ਰਹੇਗਾ। ਇਹ ਵੀ ਚੀਜ਼ ਧਿਆਨ ਵਿੱਚ ਰੱਖਣੀ, ਪਰ ਇੱਕ ਚੀਜ਼ ਅੰਡਰਸਟੈਂਡ ਰੱਖਣੀ, ਠੀਕ ਹੈ, ਬਲੱਡ ਗਰੁੱਪ ਉਹਨਾਂ ਦਾ ਜਿਹੜਾ ਅਸੀਂ ਗੱਲ ਕਰੀਏ, ਠੀਕ ਹੈ, ਆਹ ਸਾਡੇ ਜੀਨਸ ਦੇ ਵਿੱਚ, ਇਹ ਚੀਜ਼ ਅੰਡਰਸਟੈਂਡ ਜਾਂ ਜਿਹੜੇ ਅਸੀਂ ਗੱਲ ਕਰੀਏ ਆਹ ਚੀਜ਼ਾਂ ਫਿੰਗਰ ਪ੍ਰਿੰਟ ਆ, ਇਹਨਾਂ 'ਚ ਫਰਕ ਹੁੰਦਾ। ਫਿੰਗਰ ਪ੍ਰਿੰਟ ਸੇਮ ਨਹੀਂ ਹੋਊਗੀ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੇਮ ਹੋ ਗਈਆਂ। ਇਹਨੂੰ ਆਇਡੈਂਟੀਕਲ ਟਵਿੰਸ ਆਉਂਦੇ ਆ। ਆਇਡੈਂਟੀਕਲ ਟਵਿੰਸ ਦੇ ਵਿੱਚ ਇੱਕ ਹੀ ਓਮ, ਇੱਕ ਹੀ ਸਪਰਮ, ਇੱਕ ਹੀ ਆਂਡਾ, ਇੱਕ ਹੀ ਸਪਰਮ ਹੋਊਗਾ, ਉੱਥੋਂ ਪੈਦਾ ਹੋਣਗੇ। ਇਹ ਦੋਵੇਂ ਇੱਕੋ ਹੀ ਲਿੰਗ ਦੇ ਹੋਣਗੇ, ਜਾਂ ਤਾਂ ਦੋਵੇਂ ਬੀਬੀਆਂ ਹੋਣਗੀਆਂ, ਗਰਲਸ ਹੋਣਗੀਆਂ, ਜਾਂ ਦੋਵੇਂ ਬੋਇਸ ਹੋਣਗੀਆਂ।
ਠੀਕ ਹੈ, ਹਰਕਤਾਂ ਵੀ ਇੱਕ ਹੋਣਗੀਆਂ, ਫੇਸ ਵੀ ਇੱਕ ਹੋਊਗਾ, ਬਲੱਡ ਗਰੁੱਪ ਵੀ ਇੱਕ ਹੋਊਗਾ। ਤੇ ਉਸ ਤੋਂ ਬਾਅਦ ਜੇ ਅਸੀਂ ਅੱਗੇ ਕਰੀਏ ਫਟਰਨਲ ਦੀ, ਫਟਰਨਲ ਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਮੇਰੇ ਪਿਆਰੇ ਵਿਦਿਆਰਥੀਓ ਗੱਲਾਂ ਰੱਖੋ, ਇਹਦੇ ਵਿੱਚ ਕੀ ਆ, ਇਹਦੇ ਵਿੱਚ ਫਿਰ ਇੱਕ ਚੀਜ਼ ਬੜੀ ਪਿਆਰੀ ਮੈਂ ਸਮਝਾਊਂਗਾ, ਇਹਦੇ ਵਿੱਚ ਟੂ ਸਪਰਮ ਆ ਜਾਣਗੇ। ਸਪਰਮ ਕਿੰਨੇ ਆਣਗੇ? ਦੋ, ਦੋ ਸਪਰਮ ਹੋਣਗੇ ਪਲੱਸ ਟੂ ਹੀ ਐਗ ਹੋਣਗੇ, ਦੋ ਅਲੱਗ ਅਲੱਗ ਆਂਡਿਆਂ ਦੇ ਵਿੱਚੋਂ ਇਹ ਪੈਦਾ ਹੋਏ ਹੋਣਗੇ। ਇਹ ਚੀਜ਼ ਜਿਹੜੀ ਆ ਅੰਡਰਸਟੈਂਡ ਕਰਨੀ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਅਸੀਂ ਗੱਲ ਕਰੀਦਾ, ਲਿੰਗ ਜਿਹੜੇ ਨੇ ਉਹ ਵੀ ਅਲੱਗ ਹੋ ਸਕਦੇ ਆ, ਅਲੱਗ ਹੋ ਸਕਦੇ, ਜ਼ਰੂਰੀ ਨਹੀਂ ਸੇਮ ਵੀ ਹੋ ਸਕਦੇ, ਇੱਕੋ ਲਿੰਗ ਦੇ ਵੀ ਹੋ ਸਕਦੇ ਨੇ ਤੇ ਅਲੱਗ ਅਲੱਗ ਵੀ ਹੋ ਸਕਦੇ। ਲਿੰਗ ਨੇ ਜਿਹੜੇ ਉਹ ਅਲੱਗ ਵੀ ਹੋ ਸਕਦੇ ਆ, ਅਲੱਗ ਲਿੰਗ ਵੀ ਹੋ ਸਕਦੇ। ਮੰਨ ਕੇ ਚਲੋ ਇਹਦੇ ਵਿੱਚ ਆਪਸ਼ਨ ਕੀ ਰਹਿੰਦੀ ਆ, ਬੁਆਏ ਪਲੱਸ ਗਰਲ ਵੀ ਹੋ ਸਕਦੇ ਆ ਤੇ ਬੁਆਏ ਪਲੱਸ ਬੁਆਏ ਜਾਂ ਗਰਲ ਪਲੱਸ ਗਰਲ ਇਹ ਵੀ ਹੋ ਸਕਦੇ ਆ। ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਫਟਰਨਲ ਦੇ ਵਿੱਚ ਬਣੀਆਂ ਰਹਿੰਦੀਆਂ। ਬਲੱਡ ਗਰੁੱਪ ਜਿਹੜਾ ਹੈਗਾ, ਬਲੱਡ ਗਰੁੱਪ ਵੀ ਜਿਹੜਾ ਹੈਗਾ ਮੇਰੇ ਪਿਆਰੇ ਵਿੱਚੋਂ, ਉਹ ਵੀ ਅਲੱਗ ਹੋਊਗਾ। ਇਹਦੇ ਵਿੱਚ ਚੀਜ਼ਾਂ ਅਲੱਗ ਹੋਈਆਂ, ਇਹਦੇ ਵਿੱਚ ਸਪਰਮ ਵੀ ਦੋ ਨੇ, ਐਗ ਵੀ ਦੋ ਨੇ। ਆਹ ਚੀਜ਼ਾਂ ਜਿਹੜੀਆਂ ਨੇ ਇਹ ਮੇਰੇ ਪਿਆਰੇ ਵਿੱਚੋਂ ਸਮਝਣੀਆਂ ਨੇ, ਇਹ ਚੀਜ਼ਾਂ ਅੰਡਰਸਟੈਂਡ ਕਰਨੀਆਂ ਨੇ। ਇਸੇ ਕਰਕੇ ਹੁਣ ਸਾਰਾ ਜਿਹੜਾ ਚੈਪਟਰ ਹੁਣ ਤੱਕ ਮੈਂ ਤੁਹਾਨੂੰ ਪੜ੍ਹਾਇਆ, ਜਿਹਦੇ ਵਿੱਚ ਮੈਂ ਹੈਰੀਡਿਟੀ ਸਮਝਾਇਆ, ਹੈਰੀਡਿਟੀ ਦਾ ਬਾਇਓਲੋਜੀਕਲ ਕਨਸੈਪਟ ਸਮਝਾਇਆ, ਉਸ ਤੋਂ ਬਾਅਦ ਮੈਂ ਉਹਦੇ ਨਿਯਮ ਸਮਝਾਏ, ਫਿਰ ਵਾਤਾਵਰਨ ਸਮਝਾਇਆ, ਵਾਤਾਵਰਨ ਤੋਂ ਬਾਅਦ ਮੈਂ ਤੁਹਾਨੂੰ ਅਟਰਨਲ ਤੇ ਫਟਰਨਲ ਸਮਝਾਇਆ, ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਹੁਣ ਇਹ ਗੱਲ ਕਰਾਂਗਾ ਇਹਨਾਂ ਦੀ ਸਾਰਥਕਤਾ ਦੇ ਉੱਤੇ, ਇਹਨਾਂ ਦੀ ਰੈਲੇਵੈਂਸ ਕੀ ਆ। ਤੇ ਸਾਰਥਕਤਾ ਦੇ ਵਿੱਚ ਖਾਨਦਾਨੀ, ਪ੍ਰਕਿਰਤਿਕ ਜਾਂ ਜੀਵ ਵਿਗਿਆਨੀ ਤੌਰ ਤੇ ਗ੍ਰਹਿ ਕੀਤੇ ਕਾਰਕਾਂ ਨੂੰ ਸੰਪੂਰਨ ਵਜੋਂ ਪ੍ਰਭਾਸ਼ਿਤ ਕੀਤਾ ਗਿਆ, ਜਦਕਿ ਇੱਕ ਵਿਅਕਤੀ ਦੇ ਜੀਵਨ ਤੇ ਇੱਕ ਮਹੱਤਵਪੂਰਨ ਕਾਰਕ। ਉਹ ਕਹਿੰਦੇ ਕਿ ਜਿਹੜੀ ਇਹ ਹੈਰੀਡਿਟੀ ਆ ਤੇ ਇਨਵਾਇਰਮੈਂਟ ਆ। ਹੁਣ ਹੈਰੀਡਿਟੀ ਅਸੀਂ ਬਾਇਓਲੋਜੀਕਲ ਜੀਵ ਵਿਗਿਆਨ ਦੇ ਤੌਰ ਤੇ ਅਸੀਂ ਪ੍ਰਾਪਤ ਕਰਦੇ ਹਾਂ ਤੇ ਮਨੁੱਖ ਦੇ ਉੱਤੇ ਬਹੁਤ ਵੱਡਾ ਯੋਗਦਾਨ ਆ ਜਿਹੜੀ ਇਹ ਪਾਉਂਦੀ ਹੈ। ਇਹ ਗੱਲ ਪਹਿਲੀ ਅੰਡਰਸਟੈਂਡ ਕਰਨੀ ਹੈ ਤੇ ਨਾਲ ਦੀ ਨਾਲ ਇਨਵਾਇਰਮੈਂਟ ਜਿਹੜਾ ਹੈਗਾ, ਪਾਲਣ ਪੋਸ਼ਣ ਦੀਆਂ ਸਥਿਤੀਆਂ, ਸਮੁੱਚਤਾ ਜੋ ਕਿ ਸਾਡੇ ਵਿਵਹਾਰ ਨੂੰ ਸੋਧਣ ਵਿੱਚ ਮਹੱਤਵਪੂਰਨ ਦਿਖਾਉਂਦੀ ਆ। ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਕਿ ਸਾਡਾ ਵਾਤਾਵਰਨ ਸਾਡੇ ਵਿਕਾਸ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਜਿਵੇਂ ਸਾਨੂੰ ਚੰਗਾ ਵਾਤਾਵਰਨ, ਚੰਗੀਆਂ ਚੀਜ਼ਾਂ ਮਿਲਦੀਆਂ ਨੇ, ਸਾਡਾ ਡਿਵੈਲਪਮੈਂਟ ਵੀ ਉਸੇ ਤਰ੍ਹਾਂ ਦਾ ਹੁੰਦਾ ਹੈ। ਇਹ ਗੱਲ ਜਿਹੜੀ ਆ ਖਾਸ ਤੁਸੀਂ ਅੰਡਰਸਟੈਂਡ ਕਰਨੀ ਹੈ। ਤਾਂ ਇਸੇ ਤਰ੍ਹਾਂ ਹੀ ਵੁਰਸਵਰਥ ਨੇ ਦੇ ਅਨੁਸਾਰ ਬੱਚੇ ਦੇ ਵਾਧੇ ਅਤੇ ਵਿਕਾਸ ਵਿੱਚ ਦੋਵਾਂ ਦਾ ਬਰਾਬਰ ਦਾ ਹਿੱਸਾ ਹੈ। ਇਸੇ ਕਰਕੇ ਹੈਰੀਡਿਟੀ ਇਨਵਾਇਰਮੈਂਟ ਆ ਦੋਵਾਂ ਦਾ ਬਰਾਬਰ ਦਾ ਹਿੱਸਾ ਹੈ। ਇਹ ਚੀਜ਼ ਤੁਸੀਂ ਅੰਡਰਸਟੈਂਡ ਕਰਨੀ ਹੈ, ਠੀਕ ਹੈ, ਚੀਜ਼ਾਂ ਨੂੰ ਸਮਝਣਾ ਹੈ। ਇਸੇ ਕਰਕੇ ਅਸੀਂ ਗੱਲ ਕਰੀਏ ਵਿਅਕਤੀਗਤ ਪਰਸਨੈਲਿਟੀ ਦੇ ਵਿੱਚ ਹੈਰੀਡਿਟੀ ਅਤੇ ਇਨਵਾਇਰਮੈਂਟ ਵਿਚਕਾਰ ਗੁਣਾ ਦਾ ਉਤਪਾਦਨ ਤੀਜਾ ਹੈ ਤੇ ਡਿਵੈਲਪਮੈਂਟ ਹੈਰੀਡਿਟੀ ਅਤੇ ਇਨਵਾਇਰਮੈਂਟ ਦੇ ਦੋਵਾਂ ਦੇ ਅਸਰ ਦੇ ਨਾਲ ਹੀ ਜਿਹੜੀ ਡਿਵੈਲਪਮੈਂਟ ਆ ਉਹ ਸੰਪੂਰਨ ਹੁੰਦੀ ਆ। ਇਹ ਚੀਜ਼ ਤੁਸੀਂ ਇਹਨਾਂ ਦੀ ਰੈਲੇਵੈਂਸ ਨੂੰ ਸਮਝਣਾ ਹੈ। ਹੁਣ ਐਜੂਕੇਸ਼ਨ ਇੰਪਲੀਮੈਂਟੇਸ਼ਨ, ਇਹਨੂੰ ਐਜੂਕੇਸ਼ਨ 'ਚ ਕਿਵੇਂ ਧਾਰਨਾ, ਐਜੂਕੇਸ਼ਨ 'ਚ ਇਹ ਧਾਰਨਾ ਕਿ ਦੋਵੇਂ ਕਾਰਕਾਂ ਦਾ ਗਿਆਨ ਅਧਿਆਪਕ ਨੂੰ ਵੱਖ ਵੱਖ ਵਿਸ਼ਿਆਂ ਨੂੰ ਸਿੱਖਣ ਵਿੱਚ ਉਸਦੇ ਵਿਦਿਆਰਥੀ ਦੇ ਵਿਅਕਤੀਗਤ ਅੰਤਰ ਲੱਭਣ ਵਿੱਚ ਮਦਦ ਕਰੇ। ਮੰਨ ਕੇ ਚੱਲੋ ਟੀਚਰ ਲਈ ਇਹ ਜ਼ਰੂਰੀ ਤਾਂ ਹੈ ਹੈਰੀਡਿਟੀ ਦੇ ਇਨਵਾਇਰਮੈਂਟ ਨੂੰ ਸਮਝਣਾ, ਇੱਕ ਤਾਂ ਜਦੋਂ ਬੱਚਾ ਕਿਸੇ ਇੱਕ ਜਦੋਂ ਵੀ ਟੀਚਰ ਕਿਸੇ ਬੱਚੇ ਨੂੰ ਪੜ੍ਹਾ ਰਿਹਾ ਜਾਂ ਉਹਦੀ ਕੇਅਰ ਕਰ ਰਿਹਾ ਤਾਂ ਉਹਨੂੰ ਅੱਛਾ ਇਨਵਾਇਰਮੈਂਟ ਦੇਵੇ, ਉਹਦੇ 'ਤੇ ਚੰਗਾ ਅਸਰ ਪਊਗਾ, ਪਰ ਉਹਦੀ ਹੈਰੀਡਿਟੀ ਨੂੰ ਵੀ ਸਮਝੇ। ਜਿਸ ਤਰੀਕੇ ਦੀ ਉਹਦੀ ਹੈਰੀਡਿਟੀ ਆ ਉਸ ਤਰੀਕੇ ਨਾਲ ਇਨਵਾਇਰਮੈਂਟ ਪ੍ਰੋਵਾਈਡ ਕਰਵਾਵੇ, ਕਿਉਂਕਿ ਹੈਰੀਡਿਟੀ ਨਾਲ ਤਾਂ ਛੇੜਖਾਨੀ ਕੀਤੀ ਨਹੀਂ ਜਾ ਸਕਦੀ, ਪਰ ਇਨਵਾਇਰਮੈਂਟ ਨਾਲ ਤਾਂ ਛੇੜਖਾਨੀ ਕਰ ਸਕਦੇ ਹਾਂ। ਇਸੇ ਤਰੀਕੇ ਨਾਲ ਅਸੀਂ ਇੰਪਲੀਮੈਂਟੇਸ਼ਨ ਜਿਹੜੀਆਂ ਨੇ ਇਹਦੀਆਂ ਕਰਨੀਆਂ ਨੇ। ਇਸੇ ਕਰਕੇ ਅਸੀਂ ਇਹ ਚੀਜ਼ਾਂ ਨੂੰ ਤੁਸੀਂ ਸਮਝਣਾ ਹੈ। ਇਸ ਲਈ ਅਧਿਆਪਕ ਵਿਦਿਆਰਥੀ ਲਈ ਅਨੁਕੂਲ ਇਨਵਾਇਰਮੈਂਟ ਪੈਦਾ ਕਰੇ ਤੇ ਉਹਨਾਂ ਨਾਲ ਬਰਾਬਰ ਦਾ ਵਿਵਹਾਰ ਕਰੇ, ਕਿਸੇ ਮਰਜ਼ੀ ਹੈਰੀਡਿਟੀ 'ਚ ਹੋਵੇ ਤੇ ਬੱਚੇ ਨੂੰ ਵਾਤਾਵਰਨ ਦੇ ਅਨੁਕੂਲ ਹੋਣ ਲਈ ਸਿਖਾਵੇ। ਇਹ ਗੱਲਾਂ ਤੁਸੀਂ ਅੰਡਰਸਟੈਂਡ ਕਰਨੀਆਂ ਨੇ ਤੇ ਇਹਦੇ ਨਾਲ ਨਾਲ ਸਾਡਾ ਜਿਹੜਾ ਚੈਨਲ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਹੈ, ਪਰ ਕਲਾਸ ਹਜੇ ਖਤਮ ਨਹੀਂ ਹੋਈ, ਹਜੇ ਜਾਣਾ ਨਹੀਂ, ਹਜੇ ਸਾਡੇ ਨਾਲ ਜੁੜੇ ਰਹਿਣਾ ਹੈ ਤੇ ਸ਼ੇਅਰ ਕਰ। ਸਟੇਟਸ ਉਵੇਂ ਹੀ ਲਾ ਲੈਂਦੇ ਜਲਦੀ ਜਲਦੀ, ਤੇ ਜੇ ਕਲਾਸ ਤੁਹਾਡੀ ਇਹ ਆ ਕਿ ਮਨੁੱਖ ਕੋਲ ਹੁਣ ਐਮਸੀਕਿਊਸ ਕੋਲ ਆ ਗਏ, ਮਨੁੱਖ ਕੋਲ ਕ੍ਰੋਮੋਸੋਮਸ ਦੇ ਜੋੜੇ ਪੇਅਰਸ ਪੁੱਛੇ, ਉਹਨਾਂ ਨੇ ਤੁਹਾਡੇ ਕੋਲ ਜੋੜੇ ਪੁੱਛਿਆ ਕਿੰਨੇ ਕ੍ਰੋਮੋਸੋਮਸ ਦੇ, ਤਾਂ ਸਾਡੇ ਕੋਲ ਜੋੜੇ ਟੋਟਲ ਕਿੰਨੇ ਹੁੰਦੇ ਆ, 23 ਹੁੰਦੇ ਆ। ਜੇ ਤੁਹਾਡੇ ਕੋਲ ਟੋਟਲ ਇਕੱਲੇ ਜੋੜਿਆਂ ਦੇ ਵਿੱਚ, ਕਿਉਂਕਿ ਇੱਕ ਇੱਕ ਦੇ ਵਿੱਚ ਦੋ ਹੁੰਦੇ, ਜੋੜੇ 23 ਹੁੰਦੇ ਆ, ਟੋਟਲ ਸਾਡੇ ਕੋਲ 46 ਹੁੰਦੇ ਆ, ਇੱਥੇ ਆਂਸਰ ਕੀ ਆਊਗਾ, ਡੀ ਸਹੀ ਆਊਗਾ। ਜੇ ਜੋੜੇ ਕੱਟ ਦਿੰਦਾ ਤੇ ਐਂ ਪੁੱਛ ਲੈਂਦਾ, ਵੇਖੋ ਆ ਜੋੜੇ ਕੱਟ ਦਿੰਦਾ, ਆ ਪੇਅਰਸ ਕੱਟ ਦਿੰਦਾ, ਸਿੱਧਾ ਸਵਾਲ ਪੁੱਛ ਲੈਂਦਾ ਕਿ ਤੁਹਾਡੇ ਕੋਲ ਜਿਹੜੇ ਮਨੁੱਖ ਵਿੱਚ ਕ੍ਰੋਮੋਸੋਮਸ ਕਿੰਨੇ ਹੁੰਦੇ, ਫਿਰ ਤੁਸੀਂ ਕਿੱਧਰ ਜਾਣਾ, ਫਿਰ ਦੂਜੇ ਸਿਆਣੇ ਵੱਲ ਜਾਣਾ। ਛੋਟੇ ਛੋਟੇ ਪੁਆਇੰਟਾਂ ਨੂੰ ਤੁਸੀਂ ਸਮਝਣਾ। ਨਰ ਅਤੇ ਮਾਦਾ ਵਿੱਚ ਕ੍ਰੋਮੋਸੋਮ ਦੇ 22 ਜੋੜੇ ਇੱਕੋ ਜਿਹੇ ਹੁੰਦੇ ਆ, ਜਿਹੜੇ 22 ਜੋੜੇ ਇੱਕੋ ਜਿਹੇ ਹੁੰਦੇ ਆ ਮਰਦ ਅਤੇ ਔਰਤ ਦੇ ਵਿੱਚੋਂ ਜਿਹੜੇ ਕ੍ਰੋਮੋਸੋਮਸ ਨੇ, ਉਹਨਾਂ ਦਾ ਨਾਮ ਕੀ ਆ, ਕਿਹੜੇ ਨਾਂ ਨਾਲ ਜਾਣੇ ਜਾਂਦੇ ਆ,
ਤਾਂ ਮੇਰੇ ਪਿਆਰੇ ਬੱਚੇ ਜਿਹੜੇ ਉਹ ਜਾਣੇ ਜਾਂਦੇ ਉਹ ਆਟੋਸੋਮਸ ਦੇ ਨਾਂ ਨਾਲ ਜਾਣੇ ਜਾਂਦੇ। ਮੈਂ ਅੱਗੇ ਵੀ ਇਹ ਚੀਜ਼ ਦੱਸੀ ਸੀ, ਦੁਬਾਰਾ ਫਿਰ ਸਮਝਾ ਦਿੰਦੀ। ਐਮਸੀਕਿਊ ਫਿਰ ਸਾਡਾ ਨਿਕਲ ਕੇ ਆ ਗਿਆ, ਆ ਗਿਆ ਨਾ ਆਂਸਰ, ਤੇ ਇਹਦਾ ਆਂਸਰ ਤੁਸੀਂ ਆਪੇ ਦਿਓ ਦਿਓ ਆਂਸਰ। ਇੱਕ ਨਵ ਜੰਮਿਆ ਬੱਚਾ ਇੱਕ ਲੜਕਾ ਹੋਵੇਗਾ, ਮੰਨ ਕੇ ਚੱਲੋ ਜੇ ਇੱਕ ਨਵ ਜੰਮਿਆ ਬੱਚਾ ਇੱਕ ਲੜਕਾ ਹੋਊਗਾ ਤਾਂ ਕਿਹੜੇ ਕਿਹੜੇ ਕ੍ਰੋਮੋਸੋਮਸ ਦੇ ਵਿੱਚ ਪਾਏ ਜਾਣਗੇ, ਲੜਕੇ ਵਿੱਚ ਕਿਹੜੇ ਕਿਹੜੇ ਪਾਏ ਜਾਂਦੇ ਆ ਮੇਰੇ ਪਿਆਰੇ ਵਿੱਚ। ਬੜਾ ਸਿੰਪਲ ਜਿਹਾ ਸਵਾਲ ਆ, ਬੜਾ ਵਧੀਆ ਜਿਹਾ ਸਵਾਲ ਆ। ਤਾਂ ਉਹਦੇ ਵਿੱਚ ਮੇਰੇ ਪਿਆਰੇ ਬੱਚੇ ਜਿਹੜੇ ਪਾਏ ਜਾਂਦੇ ਉਹ ਕਿਹੜੇ ਪਾਏ ਜਾਂਦੇ, ਐਕਸ ਪਲੱਸ ਵਾਈ ਆ ਜਿਹੜਾ ਉਹ ਪਾਇਆ ਜਾਂਦਾ, ਬੀ ਆਪਸ਼ਨ ਤੁਹਾਡਾ ਵੀ ਆਉਣਾ ਸਟਾਰਟ ਹੋ ਗਿਆ। ਤਾਂ ਇਹ ਆਂਸਰ ਆ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਜਿਹੜੀ ਹੈਰੀਡਿਟੀ ਆ, ਇਹ ਕੀ ਆ? ਹੈਰੀਡਿਟੀ ਡਾਇਨੈਮਿਕ ਆ, ਇਹ ਯੂਨੀਵਰਸਲ ਆ, ਸਕੈਂਡਰੀ ਆ ਕਿ ਸਟੈਟਿਕ ਆ? ਠੀਕ ਹੈ, ਤਾਂ ਮੇਰੇ ਪਿਆਰੇ ਬੱਚੋ ਜਿਹੜੀ ਹੈਰੀਡਿਟੀ ਆ ਮੈਂ ਪਿੱਛੇ ਸਮਝਾ ਕੇ ਆਇਆ, ਇਹ ਸਟੈਟਿਕ ਆ, ਸਥਿਰ ਆ, ਇਹ ਇੱਕ ਸਥਿਰ ਸੋਸ਼ਲ ਸਟਰਕਚਰ ਆ ਜਿਹਨੂੰ ਅਸੀਂ ਕੀ ਆ ਚੇਂਜ ਨਹੀਂ ਕਰ ਸਕਦੇ। ਠੀਕ ਹੈ, ਇਸੇ ਤਰ੍ਹਾਂ ਜੇ ਹੈਰੀ ਦੀ ਥਾਂ ਤੇ ਇਨਵਾਇਰਮੈਂਟ ਆ ਜਾਂਦਾ ਫਿਰ ਅਸੀਂ ਡਾਇਨੈਮਿਕ ਵੱਲ ਜਾਣਾ ਸੀ। ਇਹ ਗੱਲ ਤੁਸੀਂ ਸਮਝਣਾ ਹੈ। ਤੇ ਇੱਕ ਸਵਾਲ ਆ ਗਿਆ ਖਾਨਦਾਨੀ ਦਾ, ਅਸੀਂ ਗੱਲ ਕਰੀਏ ਦਾ ਲਾਅ ਆਫ ਹੈਰੀਡਿਟੀ। ਆ ਇਸ ਵਾਰ 2023 ਦੇ ਸਵਾਲ ਵਿੱਚ, ਪੇਪਰ ਦੇ ਵਿੱਚ ਸਵਾਲ ਆਇਆ ਹੈ। ਹੁਣ ਮੈਨੂੰ ਇਹ ਨਹੀਂ ਪਤਾ ਜਿਹੜਾ ਪਹਿਲਾਂ ਕੈਂਸਲ ਹੋਇਆ ਹੈ, ਇਹ ਦੂਜੇ ਵਾਲਾ, ਇੱਕ ਪਹਿਲਾਂ ਕੈਂਸਲ ਹੋਇਆ ਮਾਰਚ ਦੇ ਵਿੱਚ, ਇੱਕ ਅਪ੍ਰੈਲ ਦੇ ਵਿੱਚ ਹੋਇਆ, ਹੁਣ ਇਹ ਨਹੀਂ ਪਤਾ ਕਿਹੜੇ ਜਾਏ, ਪਰ ਆਇਆ ਸੀ। ਤੇ ਇਸੇ ਕਰਕੇ ਇਹਦਾ ਆਪਸ਼ਨ ਕੀ ਹੈ? ਬੀ ਆਂਸਰ ਜਿਹੜਾ ਹੈ ਉਹ ਸਹੀ ਆਊਗਾ, ਮੈਡਲ ਜਿਹੜਾ ਹੈ ਉਹ ਸਹੀ ਆਊਗਾ, ਜਾਂ ਮੈਂਡਲ ਜਿਹੜਾ ਹੈ, ਮੈਡਲ ਨਹੀਂ ਮੈਂਡਲ ਜਿਹੜਾ ਹੈ ਉਹ ਸਹੀ ਆਊਗਾ, ਦਾ ਲਾਅ ਆਫ ਹੈਰੀਡਿਟੀ। ਆਂਸਰ ਤੁਹਾਡਾ ਵੀ ਆ ਗਿਆ ਹੁਣ। ਤਾਂ ਇਸ ਤੋਂ ਬਾਅਦ ਮੈਂ ਅਗਲੇ ਸਵਾਲ ਦੇ ਵਿੱਚ ਆਉਣਾ। ਹੁਣ ਆਹ ਸਵਾਲ 2-3 ਵਾਰ ਪੁੱਛਿਆ ਗਿਆ, ਪਰ ਮੈਂ ਇਹਦੀ ਤਸਵੀਰ ਤੱਕ ਵੀ ਪਹੁੰਚਿਆ, ਇਹਦੇ ਬਾਇਓਲੋਜਿਕ ਕਨਸੈਪਟ ਤੱਕ ਵੀ ਪਹੁੰਚਿਆ। ਉਹ ਕਹਿੰਦੇ ਵਾਟ ਇਜ਼ ਦਾ ਯੂਨਿਟ ਆਫ ਹੈਰੀਡਿਟੀ? ਤਾਂ ਹੈਰੀਡਿਟੀ ਦੀ ਯੂਨਿਟ ਕਿਹੜੀ ਆ? ਦਰਜੀ ਜਲਦੀ ਤੁਹਾਡਾ ਜਿਹੜਾ ਆਂਸਰ ਆ ਜਾਏ। ਹੈਰੀਡਿਟੀ ਦੀ ਜਿਹੜੀ ਯੂਨਿਟ ਆ ਮੇਰੇ ਪਿਆਰੇ ਬੱਚਿਓ, ਉਹ ਅਸੀਂ ਕਿਹਨੂੰ ਮੰਨਦੇ ਹਾਂ? ਹੈਰੀਡਿਟੀ ਕਿਹਦੀ ਯੂਨਿਟ ਆ? ਤਾਂ ਉਹ ਇੱਕ ਜੀਨਸ ਦੀ ਯੂਨਿਟ ਆ। ਮੈਂ ਕੱਲੀ ਕੱਲੀ ਚੀਜ਼ ਸਮਝਾਈ ਆ, ਜਦੋਂ ਸੈੱਲ ਕਰਦੇ ਨੇ, ਫਰਟੀਲਾਈਜ਼ ਕਰਦੇ ਨੇ, ਉਹਦੇ ਵਿੱਚ ਜੁਗੋਟ ਬਣਦਾ ਹੈ, ਜੁਗੋਟ ਦੇ ਵਿੱਚ ਕ੍ਰੋਮੋਸੋਮ ਬਣਦਾ ਹੈ, ਤੇ ਕ੍ਰੋਮੋਸੋਮ ਤੋਂ ਬਾਅਦ ਜੀਨਸ ਬਣਦਾ ਹੈ, ਜੀਨਸ ਦੀ ਯੂਨਿਟ ਅੱਗੋਂ ਹੈਰੀਡਿਟੀ ਹੋ ਗਈ। ਸਾਰਾ ਸਮਝਾਇਆ ਸੀ ਨਾ, ਕਿੱਥੋਂ ਤੱਕ ਲੈ ਕੇ ਗਿਆ ਸੀ? ਲੱਗ ਗਈ ਸਮਝ ਸਾਰੀ? ਪਰ ਹੁਣ ਵੇਖੋ, ਕਹਿੰਦੇ ਇਹਦੇ ਵਿੱਚੋਂ ਕਿਹੜਾ ਲਾਅ ਹੈਰੀਡਿਟੀ ਦਾ ਨਹੀਂ ਹੈਗਾ, ਤਾਂ ਇਹਦਾ ਕਿਹੜਾ ਲਾਅ ਨਹੀਂ? ਮੈਂ ਪਿੱਛੇ ਵੀ ਸਮਝਾਤਾ ਸੀ ਤੁਹਾਨੂੰ, ਪਤਾ ਮੋਟੀਵੇਸ਼ਨ ਜਿਹੜਾ ਹੈਗਾ ਇਹ ਹੈਰੀਡਿਟੀ ਦਾ ਲਾਅ ਨਹੀਂ ਹੈਗਾ, ਵੇਰੀਏਸ਼ਨ, ਡਿਗਰੇਸ਼ਨ, ਸਿਮਿਲਰ, ਇਹ ਸਾਰੇ ਕੀ ਨੇ? ਹੈਰੀਡਿਟੀ ਦੇ ਕਾਨੂੰਨ ਨੇ, ਲਾਅ ਨੇ ਹੈਰੀਡਿਟੀ ਦੇ। ਅੰਡਰਸਟੈਂਡ ਕਰ ਗਏ ਹੋਗੇ ਚੀਜ਼ਾਂ, ਤੁਸੀਂ ਸਮਝ ਗਏ ਹੋਗੇ। ਤਾਂ ਇਸੇ ਤਰ੍ਹਾਂ ਇਹ ਤੁਹਾਡੇ ਵਾਸਤੇ ਮੇਰੇ ਪਿਆਰੇ ਵਿੱਚ ਕੋਈ ਸਵਾਲ ਸੀ। ਤੇ ਅਗਲੇ ਚੈਪਟਰ ਦੇ ਨਾਲ ਅਗਲੇ ਦਿਨ, ਕੱਲ ਅਸੀਂ ਤੀਜੇ ਦਿਨ ਜੁੜ ਜਾਵਾਂਗੇ। ਡੇਲੀ ਜੁੜਨਾ ਹੈ 7:30 ਵਜੇ। PDF ਪ੍ਰਾਪਤ ਕਰਨ ਵਾਸਤੇ ਥੱਲੇ ਦਿੱਤੇ ਹੋਏ ਲਿੰਕਾਂ ਦੇ ਉੱਤੇ ਮੈਸੇਜ ਕਰੋ, ਕਾਲ ਕਰੋ, ਜਿਹਦੇ ਨਾਲ ਤੁਹਾਨੂੰ ਕੀ ਆ ਮੇਰੇ ਪਿਆਰੇ ਬੱਚੋ PDF ਪ੍ਰਾਪਤ ਹੋਊ।